ਹਾਂਜੀ ਦੋਸਤੋ, ਅਸਲਾਮੁ ਅਲੈਕੁਮ, ਕੀ ਹਾਲ ਚਾਲ ਹੈ? ਹੋਰ ਸੁਣਾਓ ਜੀ, ਸਿਹਤਾਂ ਤਬੀਤਾਂ ਕੈਸੀਆਂ ਨੇ ਜੀ? ਇਸ ਟਾਈਮ ਅਸੀਂ ਹਾਂ ਲਾਹੌਰ ਦੇ ਵਿੱਚ, ਹਾਜੀ ਅਬਦੁਲ ਲਤੀਫ ਸਾਹਿਬ, ਹਾਜੀ ਅਬਦੁਲ ਲਤੀਫ ਹਮਾਇਓ ਸਾਹਿਬ ਜੀ, ਲੰਡਾ ਬਾਜ਼ਾਰ 'ਚ ਉਹਨਾਂ ਦੀ ਛੱਤ ਜਿਹੜੀ ਹੈ ਉੱਥੇ ਅਸੀਂ ਬੈਠੇ ਤੇ ਉਨੀ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਦੇ ਹਾਂ, ਕੁਛ ਹਾਜੀ ਸਾਹਿਬ ਕੋਲ ਤਜਰਬੇ ਦੀਆਂ ਗੱਲਾਂ ਵੀ ਲੈਂਦੇ ਹਾਂ। ਸਾਡੇ ਨਾਲ ਨੇ ਉਸਤਾਦੇ ਮੁਹਤਰਮ ਤਨਵੀਰਉਦੀਨ ਸਾਹਿਬ, ਤਾਰਫ ਦੇ ਮੁਤਾਜ ਤੇ ਨਹੀਂ, ਵਿਖਾ ਦਿੰਦੇ ਹਾਂ ਜੀ, ਇਹ ਵੇਖੋ ਇਹ ਬੈਠੇ ਦੇ ਨੇ। ਦੂਜੇ ਪਾਸੇ ਨੇ ਸਾਡੇ ਕੋਲ ਖਲੀਫਾ ਕਮਰੋਜ਼ਮਾਨ ਸਾਹਿਬ, ਬੰਦੇ ਬੜੇ ਆਣੇ ਨੇ, ਤੁਸੀਂ ਵੇਖੋ ਨਾਲ ਨਾਲ ਮੈਂ ਵਿਖਾਉਂਦਾ ਰਹਿਣਾ, ਮੈਂ ਕਿਹੜਾ ਇੱਕ ਵਾਰੀ ਤੁਹਾਨੂੰ ਵਿਖਾਉਣਾ, ਮੈਂ ਤਾਂ ਤੁਹਾਡੇ ਨਾਲ ਦੇ ਮੈਂ ਸਾਰਾ ਬੰਦੇ ਘੁਮਾਣਾ, ਮੈਂ ਕਿਹਾ ਮੈਨੂੰ ਉਹਦਾ ਵਾਣਾ ਜਿਹਾ ਕੋਈ ਲੇਡੀ ਨਾਲ ਨਹੀਂ, ਲੇਡੀ ਨਾਲ ਨਹੀਂ। ਲਾ ਜੀ ਖਲੀਫਾ ਕਮਰੋਜ਼ਮਾਨ ਸਾਹਿਬ ਕਹਿੰਦੇ ਨੇ ਕਿ ਮੇਰਾ ਉਦੋਂ ਕਰਨਾ ਜਦੋਂ ਲੇਡੀ ਆਣ ਗਈਆਂ। ਅੱਛਾ ਜੀ, ਉਹਦੀ ਲਾਈਵ ਨਹੀਂ ਜਾ ਰਹੀ ਜੀ? ਲਾਈਵ ਹੀ ਜਾ ਰਹੀ ਜਨਾਬ, ਤੁਹਾਡੀ ਆਵਾਜ਼ ਪਹਿਲਾਂ ਆ ਗਈ, ਮੈਂ ਉਹਦੀ ਤਾਇਦ ਕੀਤੀ, ਆਵਾਜ਼ ਤੇ ਆ ਗਈ ਹੈ ਜੀ, ਕਰ ਦਿੱਤਾ ਲਾਈਵ ਸ਼ੁਰੂ ਕੀਤਾ ਜੀ। ਸਾਡੇ ਨਾਲ ਨੇ ਜੀ ਜਨਾਬ ਉਸਤਾਦ ਹਮਾਦ ਫਿਓ ਸਾਹਿਬ, ਕਿਸੇ ਤਾਰਫ ਦੇ ਮੁਤਾਜ ਨਹੀਂ, ਰਿਆਜ਼ ਭੱਟੀ ਸਾਹਿਬ, ਮੰਮੀ ਵੀ ਹਨ ਖੈਰ ਗੁਜ਼ਰਾਂ, ਜਿਹੜੇ ਨੇ ਆਪਣੇ ਭਾਈ ਹੈ ਜੀ, ਸ਼ਬੀਰ ਮਾਈਓ ਸਾਹਿਬ, ਠੀਕ ਹੈ ਜੀ, ਬਾਕੀ ਕੰਮ ਫੇਰ ਸੀ ਜੀ। ਹਾਜੀ ਲਤੀਫ ਹਮਾਇਓ ਸਾਹਿਬ ਕਿਸੇ ਤਾਰਫ ਦੇ ਮੁਤਾਜ ਨੇ ਜੀ, ਅੱਗੇ ਅਸੀਂ ਗੱਲ ਕਰ ਰਹੇ ਸਨ ਤੇ ਇਹ ਥੋੜਾ ਸ਼ੁਗਲ ਮੇਲਾ ਕਰ ਰਹੇ ਸਨ, ਗੇਮ ਲਗਾ ਰਹੇ ਸਨ ਆਪਣੇ ਸਾਰੇ, ਤੁਸੀਂ ਦੇਖੋ ਆਮ ਉਮਰ ਬੈਠੇ ਦੇ ਨੇ ਸਾਰੇ ਭਰਾ ਨੇ, ਸ਼ੌਕ ਕਰ ਰਹੇ ਸਨ ਬੈਠ ਕੇ, ਅਤੇ ਮੈਂ ਉਹਨਾਂ ਨੂੰ ਕਿਹਾ ਕਿ ਅੱਛਾ ਮੈਂ ਤੁਹਾਡੇ ਵਾਲੀ ਜਾ ਲਾਂਗਾ, ਕਹਿੰਦੇ ਨਹੀਂ ਨਹੀਂ ਤੁਸੀਂ ਗੱਲ ਕਰੋ, ਮੇਰੇ ਕੰਨ ਤੁਹਾਡੇ ਵਾਲੀ ਨੇ, ਕਿਉਂਕਿ ਸ਼ੌਕੀਨ ਸ਼ੌਕ ਦੀ ਗੱਲ ਪੇ ਕਰਨੇ ਸਨ, ਕੁਛ ਗੱਲ ਹੋ ਰਹੀ ਸੀ ਪਰ ਪਟਾਈ ਦੇ ਮੁਤਲਕ, ਅਤੇ ਮੈਂ ਕਿਹਾ ਤੁਸੀਂ ਫਾਰਗ ਹੋ ਜਾਓ ਅਤੇ ਫਿਰ ਅਸੀਂ ਤੁਹਾਡੇ ਨਾਲ ਗੱਲਾਂ ਕਰਦੇ ਹਾਂ ਅਤੇ ਪੁੱਛਦੇ ਵੀ ਹਾਂ ਜੀ। ਆਈ ਸਾਹਿਬ ਅੱਜ ਪਰ ਪਟਾਈ ਲਈ ਗਏ ਸੋ, ਅਤੇ ਮੈਂ ਕਮਰ ਭਾਈ ਨੂੰ ਪੁੱਛ ਰਿਹਾ ਸਾਂ ਕਿ ਕਿਸ ਕਿਸ ਤਰੀਕੇ ਨਾਲ ਪਰ ਪਟਾਈ ਕੀਤੀ, ਉਹਨਾਂ ਮੁਖਤਲਿਫ ਤਰੀਕੇ ਦੱਸੇ, ਮੈਂ ਇਸ ਤਰ੍ਹਾਂ ਪੁੱਟੇ, ਅੱਜ ਸਾਹਿਬ ਨੇ ਇਸ ਤਰ੍ਹਾਂ ਪੁੱਟੇ, ਆਪਣਾ ਤਨਵੀਰਉਦੀਨ ਸਾਹਿਬ ਨੇ ਇਸ ਤਰ੍ਹਾਂ ਪੁੱਟੇ, ਹੋਰ ਵੀ ਬੰਦੇ ਹੋਣੇ ਉਹਨਾਂ ਵੀ ਪੁੱਟੇ ਹੋਣੇ ਨੇ, ਅਤੇ ਤੁਸੀਂ ਕਿਸ ਤਰੀਕੇ ਨਾਲ ਪਰ ਪੁੱਟੇ ਸਨ? ਯਾਨੀ ਕਿ ਬਾਅਦ ਉਹ ਕਰਦੇ ਨੇ ਸਾਰੇ ਪੁੱਟ ਦਿੰਦੇ ਨੇ, ਬਾਅਦ ਕਹਿੰਦੇ ਨੇ ਜੀ ਪਹਿਲਾਂ ਬਾਹਰ ਦੇ ਪਰ ਤਿੰਨ ਪੁੱਟਣੇ ਚਾਹੀਦੇ ਨੇ, ਫਿਰ ਉਸ ਤੋਂ ਕੋਈ 10-12 ਦਿਨ ਬਾਅਦ ਅੰਦਰ ਦੇ ਪੁੱਟਣੇ ਚਾਹੀਦੇ ਨੇ, ਕੋਈ ਕਹਿੰਦਾ ਜੀ ਪਹਿਲਾਂ ਦੁਮਾਂ ਪੁੱਟ ਛੱਡਣੀਆਂ ਚਾਹੀਦੀਆਂ ਨੇ, ਤੁਹਾਡੇ ਹਿਸਾਬ ਨਾਲ ਦੀਆਂ ਤਜਰਬੇ ਦੇ ਮੁਤਾਬਕ ਸਭ ਤੋਂ ਅੱਛਾ ਤਰੀਕਾ ਕੀ ਹੈ? ਮੇਰੇ ਹਿਸਾਬ ਦੇ ਮੁਤਾਬਕ ਜਿਹੜਾ ਸਭ ਤੋਂ ਅੱਛਾ ਤਰੀਕਾ ਦੋਨਾਂ ਸਾਈਡਾਂ ਦੇ ਜਿਹੜੇ 10 ਵੱਡੇ ਪਾਰ ਨੂੰ ਬਾਅਦ ਠੀਕ 10 ਉਧਰੋਂ ਪੁੱਟੋ 10 ਉਧਰੋਂ ਪੁੱਟੋ, ਠੀਕ ਹੈ, ਲੇਕਿਨ ਇਕੱਲਾ ਇਕੱਲਾ ਪਾਰ ਪੁੱਟੋ, ਇਕੱਠੇ ਦੋ ਨਾ ਪੁੱਟੋ, ਇਕੱਠੇ ਤਿੰਨ ਨਾ ਪੁੱਟੋ, ਟੇਢਾ ਕਰਕੇ ਨਾ ਪੁੱਟੋ, ਬਿਲਕੁਲ ਸਿੱਧਾ ਫੜ ਕੇ ਪੁੱਟੋ, 1x1 1x1 ਠੀਕ ਹੈ। ਉਹਦੇ ਨਾਲ ਮੇਰਾ ਤਜਰਬਾ ਹੈ ਕਿ ਅੱਜ ਤੱਕ ਮੇਰੇ ਕਦੀ ਕਿਸੇ ਕੂਤੇ ਦਾ ਪਾਰ ਕਾਣਾ ਨਹੀਂ ਹੋਇਆ, ਖਰਾਬ ਨਹੀਂ ਹੋਇਆ, ਜਿਹਨੂੰ ਕਹਿੰਦੇ ਗੁੱਲਾ ਖਰਾਬ ਹੋ ਜਾਣਾ, ਜੀ ਜੀ ਠੀਕ ਹੈ, ਅੱਜ ਤੱਕ ਨਹੀਂ ਖਰਾਬ ਹੋਇਆ, ਸਹੀ ਹੈ। 20-22 ਦਿਨ ਦੇ ਬਾਅਦ ਫਿਰ ਇਹਨਾਂ ਦੀਆਂ ਮੈਂ ਬਗਲਾਂ ਪੁੱਟਾਂਗਾ ਅਤੇ ਦੁਮਾਂ ਪੁੱਟਾਂਗਾ, ਠੀਕ ਹੈ, 20-22 ਦਿਨ ਮੈਂ ਇਹਨਾਂ ਦੇ ਸਿਰਫ ਇਹ ਬਾਹਰ ਵਾਲੇ ਪਾਰੀ ਪੁੱਟਾਂਗਾ। ਕਸੂਰ ਵਾਲਿਆਂ ਦਾ ਤਰੀਕਾ ਹੋਰ ਹੈ ਜੀ? ਮੈਨੂੰ ਕਸੂਰ ਵਾਲਿਆਂ ਦਾ ਨਹੀਂ ਪਤਾ, ਉਹ ਕਿਸ ਤਰ੍ਹਾਂ ਪੁੱਟਦੇ, ਤੁਹਾਡੇ ਇਲਮ 'ਚ ਹੈ ਕੋਈ ਕਸੂਰ ਵਾਲੇ? ਤੁਹਾਡੇ ਇਲਮ 'ਚ ਹੈਗਾ ਤੁਸੀਂ ਦੱਸ, ਪਹਿਲੇ 6-7 ਪਾਰ ਪੁੱਟਦੇ ਨੇ, ਠੀਕ ਹੈ, ਮੇਨ ਜਿਸ ਤਰ੍ਹਾਂ ਸਾਨੂੰ ਕਿਹਾ ਕਿ ਅਸੀਂ ਪਹਿਲੇ 10 ਪੁੱਟਣੇ ਆ, ਅਸੀਂ ਲਾਹੌਰ ਵਾਲੇ 10 ਹੀ ਪੁੱਟੇ, ਲਾਹੌਰ ਸਾਰੇ 'ਚ ਪਹਿਲੇ 10 ਪੁੱਟੇ ਜਾਂਦੇ ਨਹੀਂ, ਕਈ ਸਾਰੇ ਪੁੱਟ ਦਿੰਦੇ ਨੇ, ਬਗਲਾ ਵੀ ਪੁੱਟ ਦਿੰਦੇ ਨੇ, ਦੋਵੇਂ ਵੀ ਪੁੱਟ ਦਿੰਦੇ, ਠੀਕ ਹੈ, ਉਹ ਸਾਰੇ ਇੱਕੋ ਦਫਾ ਪੁੱਟ ਦਿੰਦੇ ਨੇ, ਦੋਵੇਂ ਵੀ ਸਾਰੇ ਪਾਰ ਜਿੰਨੇ ਵੀ ਸਾਰੇ ਪੁੱਟ ਦਿੰਦੇ, ਠੀਕ ਹੈ, ਉਹ 52 ਤੇ 52 ਹੀ ਪੁੱਟ ਦਿੰਦੇ ਪੂਰੇ, ਯਾਨੀ ਕਿ ਪੂਰਾ ਉਹਨੂੰ ਪੂਰਾ ਟੁੰਡ-ਮੁੰਡ ਕਰ ਦਿੰਦੇ ਨੇ, ਤਾਕਤਵਰ ਚੀਜ਼ਾਂ ਖਿਲਾਣੀਆਂ ਸ਼ੁਰੂ ਕਰ ਦਿੰਦੇ ਜਿਨ੍ਹਾਂ ਨਾਲ ਉਹਨਾਂ ਦੇ ਜਿਸਮ ਦੇ ਵਿੱਚ ਖੂਨ ਜ਼ਿਆਦਾ ਬਣੇ, ਉਹ ਆਪਣੀ ਗਰੋਥ ਦੇ ਵਿੱਚ ਆ ਜਾਣ, ਤੇ ਉਹਦੇ ਨਾਲ ਅੱਛੇ ਬਾਹਰ ਨਿਕਲਦਾ, ਠੀਕ ਹੈ, ਮੁਖਤਲਿਫ ਚੀਜ਼ਾਂ ਨੇ, ਕੋਈ ਬਦਾਮ ਖਿਲਾਉਂਦਾ, ਕੋਈ ਘਿਓ ਖਵਾਉਂਦਾ, ਕੋਈ ਤੇਲ ਖਵਾਉਂਦਾ, ਆਪਣੇ ਆਪਣੇ ਤਰੀਕੇ ਕਰਦੇ ਨੇ, ਤੁਹਾਡਾ ਯਾਨੀ ਕਿ ਬਿਹਤਰ
ਆਈਡੀਆ ਕੀ ਕਿ ਕੀ ਕਰਨਾ ਚਾਹੀਦਾ? ਤਾਕਤਵਾਰ ਉਹਨੂੰ ਕਰਨਾ, ਤਾਕਤਵਾਰ ਤਗੜਾ ਕਰਨਾ ਚਾਹੀਦਾ। ਤਗੜਾ ਕਰੋਗੇ ਪਰ ਉਹਨਾਂ ਦੇ ਅੱਛੇ ਨਿਕਲਣਗੇ ਦਿੰਦੇ ਨੇ। ਗਰਮ ਤਾਰ ਪਾਉਣੀਆਂ ਚਾਹੀਦੀਆਂ ਨੇ ਜਾਂ ਮੌਤ ਦਿਲ ਤਾਰ ਚੀਜ਼ਾਂ ਜਾਂ ਠੰਡੀਆਂ ਤਾਰ ਚੀਜ਼ਾਂ? ਗਰਮ ਤਾਰ, ਗਰਮ ਤਾਰੀ ਪਾਉਣੀਆਂ, ਠੀਕ ਹੈ। ਅਤੇ ਨਹੀਂ ਕੋਈ ਲਾਜ਼ਮ ਨਹੀਂ, ਲਾਜ਼ਮ ਨਹੀਂ, ਕੋਈ ਜ਼ੋਰ ਨਹੀਂ। ਜੇ ਕੁਝ ਸਮਝ ਚਾਹੇ ਤਾਂ ਸ਼ੇਅਰ ਕਰਨ, ਨਹੀਂ ਆਉਂਦਾ ਕੋਈ ਇਸ਼ੂ ਨਹੀਂ, ਕਿਉਂਕਿ ਸਾਨੂੰ ਤਾਕਤ ਵਾਲੀਆਂ ਦੱਸਿਆ, ਤਾਕਤ ਵਾਲੀਆਂ ਚੀਜ਼ਾਂ। ਅਤੇ ਮੈਡੀਕੇਸ਼ਨ, ਕੋਈ ਦਵਾਈ ਦਾਰੂ ਇਸ ਤੋਂ ਬਾਅਦ ਪੁੱਟਣ ਤੋਂ ਬਾਅਦ, ਜਿਸ ਤਰ੍ਹਾਂ ਦੋ ਕਹਿੰਦੇ ਜੀ ਪੈਨਾਡੋਲ ਦਵੋ, ਫਲਾਣੀ ਚੀਜ਼, ਕੁਛ ਨਹੀਂ, ਤੁਸੀਂ ਕੁਛ ਵੀ ਨਹੀਂ ਪਾਉਂਦੇ, ਠੀਕ ਹੈ। ਅਤੇ ਸਾਦੇ ਮੋਹਤਰਮ ਜਿਸ ਤਰ੍ਹਾਂ ਕਰਦੇ ਨੇ ਕਿ ਜੀ ਪਹਿਲਾਂ ਡੀਵਰਮਿੰਗ ਕਰਾ ਲਓ ਕੀੜਿਆਂ ਦੀ, ਅੰਦਰੋਂ ਸਫਾਈ ਕਿਆ ਕਰਾ ਲੈਣੀ ਚਾਹੀਦੀ ਹੈ? ਅੱਛੀ ਗੱਲ ਹੈ। ਅਤੇ ਕਿੰਨੀ ਕੁ ਦੇਰ ਪਹਿਲਾਂ ਕਰਾ ਲੈਣੀ ਚਾਹੀਦੀ? 8-10 ਦਿਨ ਪਹਿਲਾਂ। ਅਤੇ ਵੈਕਸੀਨੇਸ਼ਨ ਜਿਹੜਾ ਕਹਿੰਦੇ ਜੀ ਲਸੋਟਾ ਪਿਲਾ ਲਓ ਜਾਂ ਟੀਕਾ ਕਰਾ ਲਓ, ਪਹਿਲੇ ਕਰਾ ਉਸ ਤੋਂ ਪਟਾਈ ਤੋਂ ਬਾਅਦ? ਨਹੀਂ, ਜੀ ਤੁਸੀਂ ਅਗਰ ਪਹਿਲੋ ਇਹਨਾਂ ਦੇ ਦਵਾਈ ਕੀਤੀ ਕੱਢਣ ਤੋਂ ਪਹਿਲੋ 2-3 ਦਿਨ ਪਹਿਲਾਂ ਉਹਨਾਂ ਦੇ ਸਾਫ਼ ਕਰ, ਠੀਕ ਹੈ ਜੀ। ਅਗਰ ਪਰ ਮੁਕੰਮਲ ਹੋ ਜਾਂਦੇ ਉਦੋਂ, ਮੁਕੰਮਲ ਸੁੱਕ ਜਾਣ ਤੇ ਜੀ ਪੂਰੇ ਹੋ ਜਾਂਦੇ ਨੇ, 50 ਦਿਨਾਂ ਦੇ ਰੋਗ ਪੰਜਾਬ ਚ ਜਾਂਦੇ ਪਰ ਪੂਰੇ ਹੁੰਦੇ ਨੇ ਜੀ, ਬਿਲਕੁਲ ਸੁੱਕਦੇ ਨੇ 2 ਮਹੀਨੇ, 2 ਮਹੀਨੇ ਪੂਰੇ, ਬਿਲਕੁਲ 60 ਦਿਨ ਚ ਪੂਰੇ ਕੰਪਲੀਟ ਹਾਰਡ ਹੋ ਜਾਂਦੇ ਨੇ ਜੀ, ਠੀਕ ਹੈ। ਉਹਨਾਂ 60 ਦਿਨਾਂ ਤੋਂ ਬਾਅਦ ਸਾਨੂੰ ਵੈਕਸੀਨੇਸ਼ਨ ਜਾਂ ਡਿਵਰਮਿੰਗ ਕਰਾਉਣੀ ਚਾਹੀਦੀ ਹੈ। ਲਓ ਜੀ ਦੋਸਤੋ, ਅੱਜ ਸਾਹਿਬ ਕੋਲ ਤੁਹਾਨੂੰ ਬੜੀਆਂ ਅੱਛੀਆਂ ਟਿਪਾਂ ਮਿਲ ਰਹੀਆਂ ਨੇ। ਅੱਜ ਸਾਹਿਬ ਫਿਰਤਾਂ ਜਿਹੜੀਆਂ ਨੇ ਉਹਨਾਂ ਦੇ ਦੌਰਾਨ ਕੋਈ ਸਪੈਸ਼ਲ ਕੋਈ ਤਰੀਕਾਕਾਰ ਜਾਂ ਕੋਈ ਟ੍ਰੀਟਮੈਂਟ ਉਹਨਾਂ ਦੀ, ਕੋਈ ਐਸਾ ਕਿ ਜੀ ਉਡਾਣੇ ਨੇ ਕਬੂਤਰ ਜ਼ਾਇਆ ਨਾ ਹੋਣ, ਕੱਢੀਏ ਕਿਸ ਤਰ੍ਹਾਂ ਜਿੰਨੇ ਨਵੇਂ ਖਿਲਾੜੀ ਨੇ, ਕਿਉਂਕਿ ਪੁਰਾਣੇ ਨੂੰ ਤਾਂ ਪਤਾ ਹੀ ਹੋਣਾ ਕੁਛ ਨਾ ਕੁਛ, ਜਿਹੜੇ ਨਵੇਂ ਛੋਟੇ ਨੇ ਆਉਣ ਵਾਲੇ। ਅੰਦਰ ਦੇ 5-5 ਬਣ ਕੇ, ਠੀਕ ਹੈ, 5-5 ਛੱਡ ਦੋ, ਠੀਕ ਹੈ, ਤਾਂ ਕਿ ਥੋੜੇ ਥੋੜੇ ਗੇੜੇ ਮਾਰ ਕੇ ਪੈਂਦੇ ਨੇ ਜਿਹੜੇ ਤੁਸੀਂ ਸਮਝੋਗੇ ਇੰਨੇ ਨਹੀਂ ਹੈਗੇ ਰੂਟੀਨ, ਉਹਨਾਂ ਨੂੰ ਬਾਹਰ ਛੱਡ ਦਿਓ। ਅੱਛਾ, ਲੇਕਿਨ 10-15 ਦਿਨ ਇਹਨਾਂ ਨੂੰ ਬਾਹਰ ਧੁੱਪਾਂ ਲਵਾਓ, ਪਹਿਲੇ ਧੁੱਪਾਂ ਲਵਾਓ, ਇਹਨਾਂ ਨੂੰ ਉਡਾਓ ਨਾ, ਕੱਢਣਾ ਵੀ ਲੇਟ, ਉਸੇ ਬਿਮਾਰੀ ਕੱਢਣਾ ਵੀ ਲੇਟ 9 ਵਜੇ ਤੋਂ ਬਾਅਦ, ਠੀਕ ਹੈ, ਕੋਈ ਉੱਠ ਕੇ ਸਮਾਨ ਨਾ ਜਾਵੇ, ਠੀਕ ਹੈ, ਬਸ 10-12 ਦਿਨ ਤੁਸੀਂ ਇੰਤਜ਼ਾਰ ਕਰੋ ਤੁਹਾਡੇ ਜਾਨਵਰ ਜਿੰਦਾ ਹੋਵੇ। ਅੱਛਾ, ਮੈਂ ਇੱਕ ਗਿਆ ਸਾਂ ਉਸਤਾਦੇ ਮੋਹਤਰਮ ਦੀ ਛੱਤ 'ਤੇ, ਗਿਆ ਸਾਂ ਕਸੂਰ, ਉਹਨਾਂ ਵੀ ਪਰ ਬੰਨ੍ਹ ਕੇ ਛੱਡੇ ਸਨ ਜਿਹੜੇ, ਯਾਨੀ ਕਿ ਓਵਰ ਫਲਾਈ ਕਰਦੇ ਸਨ, ਜ਼ਿਆਦਾ ਲੰਮਾ ਜਾਂਦੇ ਸਨ, ਉਹਨਾਂ ਪਰ ਬੰਨ੍ਹ ਕੇ ਛੱਡੇ ਸਨ। ਉਹ ਮੈਂ ਉਹਨਾਂ ਤੋਂ ਵੇਖ ਕੇ, ਮੈਂ ਵੀ ਆਪਣੇ ਕਬੂਤਰ ਪਰ ਬੰਨ੍ਹ ਕੇ ਛੱਡੇ, ਪਰ ਮੇਰੇ ਕਬੂਤਰ ਉੱਤੇ ਨਹੀਂ ਸਨ ਜਾਂਦੇ। ਮੈਂ ਬੰਨਿਆ ਸੀ ਜ਼ਰਾ ਉਹ DMC ਧਾਗਾ ਜਿਹੜਾ ਹੁੰਦਾ ਉਹਦੇ ਨਾਲ, ਕਿਆ ਉਹਦਾ ਕੋਈ ਫਾਲਟ ਸੀ? ਉਹਨਾਂ ਜਿਹੜਾ ਬਰੀਕ ਧਾਗਾ ਯੂਜ਼ ਕੀਤਾ ਸੀ, ਧਾਗੇ ਦਾ ਕੋਈ ਨਹੀਂ ਹੁੰਦਾ ਕਿ ਭਾਰਾ ਜਾਂ ਬਰੀਕ ਹੋਏ, ਠੀਕ ਹੈ, ਉਹਨਾਂ ਨੇ ਜ਼ਿਆਦਾ ਢਿੱਲੇ ਥੋੜ੍ਹੇ ਰੱਖੇ ਹੋਣਗੇ, ਤੁਸੀਂ ਜ਼ਿਆਦਾ ਟਾਈਟ ਕਰਦੇ ਹੋ, ਮੇ ਬੀ ਇਹ ਵੀ ਹੋ ਸਕਦਾ, ਠੀਕ ਹੈ। ਅਤੇ ਕੋਈ ਪਰ ਪਟਾਈ ਤੋਂ ਬਾਅਦ ਕੋਈ ਟ੍ਰੀਟਮੈਂਟ, ਕੋਈ ਜਿਹੜੀ ਦੋਸਤਾਂ ਕੋਈ ਛੋਟਾ ਮੋਟਾ ਟੋਟਕਾ ਦੱਸ ਦਿਓ? ਤਾਕਤ ਹੀ ਦੇਣੀ ਜੀ ਉਹਨਾਂ ਦੇ, ਤਾਂ ਕਿ ਪਰ ਅੱਛੇ ਨਿਕਲੇ। ਅੱਛਾ, ਕਿਆ ਅਸੀਂ ਕਬੂਤਰ ਦੇ ਸਾਹ ਪੱਕਣ ਤੋਂ ਪਹਿਲਾਂ, ਪੀੜਿਆਂ ਆਉਣ ਤੋਂ ਪਹਿਲਾਂ ਬਦਾਮ ਦੇ ਸਕਦੇ ਹਾਂ ਕਿ ਨਹੀਂ? ਜ਼ਿਆਦਤੀ ਹੋਏਗੀ, ਉਹ ਬਾਅਦ 'ਚ ਹੀ ਦੇਣੇ ਨੇ ਬਦਾਮ, ਜਦੋਂ ਕਸਾਂ ਬਣ ਜਾਣ, ਪੀੜੇ ਹੋ ਜਾਣ, ਜਿਸਲੇ ਤੱਕ ਉਹਨਾਂ ਦਾ ਫਾਲਤੂ ਮਾਸ ਲੱਥੇਗਾ ਨਹੀਂ ਜੀ, ਉਸਲੇ ਤੱਕ ਖੁਰਾਕ ਨਹੀਂ ਦੇਣੀ, ਅਗਰ ਦਿਓਗੇ ਤਾਂ ਉਹਦੇ ਨਾਲ ਜ਼ਿਆਦਤੀ ਕਰੋ। ਚਰਬੀ ਜਦ ਮਾਰ ਮਾਸ ਲੱਥ ਗਿਆ ਤਾਂ ਖਤਮ ਹੋ ਗਿਆ, ਚਰਬੀ ਆ ਗਈ ਆ। ਅੱਛਾ, ਖੁਰਾਕ ਜਿਹੜੀ ਬਣਾਉਂਦੇ ਨੇ ਕਬੂਤਰ ਲਈ, ਉਹਦੇ 'ਚ ਕਾਮਨ ਚੀਜ਼ਾਂ ਸਭ ਨੂੰ ਪਤਾ ਨੇ, ਬਦਾਮ ਹੁੰਦੇ ਨੇ, ਮਨੱਕਾ ਹੁੰਦਾ, ਬੀਜ ਕੱਢ ਕੇ ਮੋਟੀ ਇਲਾਚੀ ਪੈਂਦੀ ਹੈ, ਮੋਟੀ ਇਲਾਚੀ ਦੀ ਕੋਈ ਰੇਸ਼ੋ ਰੱਖਦੇ ਹੋ? ਤਕਰੀਬਨ 50 ਬਦਾਮਾਂ ਦੇ ਵਿੱਚ ਇੱਕ ਦਰਮਿਆਨੀ ਜੀ ਇਲਾਚੀ, ਦਰਮਿਆਨੀ ਇਲਾਚੀ ਮੀਡੀਅਮ ਸਾਈਜ਼ ਦੀ, ਠੀਕ ਹੈ, 50 ਬਦਾਮਾਂ ਜੀ ਇੱਕ ਮੀਡੀਅਮ ਸਾਈਜ਼ ਦੀ ਇਲਾਚੀ, ਸਹੀ ਹੋ ਗਿਆ। ਅਤੇ ਜੀ ਬੜੀ ਮਿਹਰਬਾਨੀ ਨਾਦਰ ਹਸਨ ਸਾਹਿਬ ਸਾਡਾ, ਤੁਸੀਂ ਕੋਈ ਤਾਂ ਇੰਟਰਵਿਊ ਪਸੰਦ ਕੀਤਾ ਜਨਾਬ, ਬਹੁਤ ਸ਼ੁਕਰੀਆ ਜਨਾਬ, ਤੁਸੀਂ ਇੰਟਰਵਿਊ ਕਿਉਂ ਨਹੀਂ ਪਸੰਦ ਕਰਨਾ? ਸਾਡੇ ਸਾਹਮਣੇ ਅੱਜ ਲਤੀਫ ਸਾਹਿਬ ਬੈਠੇ ਦੇ ਨੇ, ਲਾਹੌਰ ਦੇ ਸੀਨੀਅਰ ਬੰਦੇ ਜਿਹੜੇ ਨੇ ਨਾ, ਸੀਨੀਅਰ ਅਤੇ ਮੋਸਟ ਰਿਸਪੈਕਟੇਬਲ ਜਿਹੜੇ ਪਰਸਨ ਨੇ ਜੀ, ਮੋਤਬੇਰੀ ਨੇ ਜੀ। ਅੱਜ ਸਾਹਿਬ ਮੈਂ ਤੁਹਾਡਾ ਫੈਨ ਹਾਂ, ਤੁਹਾਡੇ ਨਾਲ ਤਾਂ ਮੁਲਾਕਾਤ ਨਹੀਂ ਸੀ, ਘੱਟ ਤਾਂ ਹੋ ਸਕੀ, ਜ਼ਿਆਦਾ ਮੁਲਾਕਾਤ ਹੋਈ ਸੀ, ਟਾਈਮ ਨਹੀਂ ਸੀ ਮਿਲਿਆ। ਮੈਂ ਬੜਾ ਅਪਰੀਸ਼ੀਏਟ ਕੀਤਾ ਸੀ ਤੁਹਾਡੀ ਜਿਹੜੀ ਇੱਕ ਤੁਸੀਂ ਕਾਬਿਸ਼ ਕੀਤੀ ਸੀ, ਜਦੋਂ ਮੁਸਤਫਾ ਅੱਡੇ ਵਾਲਿਆਂ ਦੇ ਨਾਲ ਜੋ ਕੁਝ ਝਗੜਾ ਬਣਿਆ ਸੀ, ਤੁਸੀਂ ਇੱਕ ਬਹੁਤ ਅੱਛਾ ਰੋਲ ਪਲੇ ਕੀਤਾ ਸੀ, ਜਿਹੜਾ ਤੁਸੀਂ ਉਹ ਮਾਮਲੇ ਨੂੰ ਠੰਡਾ ਕਰਕੇ
ਉਸ ਵਕਤੀ ਤੌਰ ਤੇ ਟਾਲ ਦਿੱਤਾ ਤੇ ਫਿਰ ਤੁਸੀਂ ਬਾਅਦ ਚੋਂ ਬੁਲਾਇਆ ਕਿ ਗੁੱਸਾ ਦੋਵਾਂ ਪਾਸੇ ਠੰਡਾ ਹੋ ਜਾਏ ਤੇ ਫਿਰ ਇੱਕ ਅੱਛੇ ਤਰੀਕੇ ਨਾਲ ਤੁਸੀਂ ਉਹ ਕੰਮ ਸੁਲਝਾਇਆ ਸੀ ਜੀ, ਉਹ ਅਸੀਂ ਤੁਹਾਨੂੰ ਬਹੁਤ ਅਪਰੀਸ਼ੀਏਟ ਕਰਦੇ ਹਾਂ। ਸਾਰੇ ਸ਼ੌਕ ਹੁੰਦੇ ਸਨ, ਕਿੰਨੇ ਸ਼ੌਕ ਹੁੰਦੇ, ਕਿੰਨਾ ਸ਼ੌਕ ਆ ਨਹੀਂ ਮੇਰੇ ਕੋਲ ਵੱਡੀਆਂ ਪੱਗਾਂ। ਮਾਸ਼ਾਅੱਲਾ ਮਾਸ਼ਾਅੱਲਾ, ਹੁਣ ਮੁਰਗਿਆਂ ਦਾ ਸ਼ੌਕ ਤੇ ਮੈਂ ਕਰਦੇ ਨਹੀਂ ਤੇ ਉਹਦੀ ਮੈਂ ਡਿਟੇਲ ਲੈਂਦਾ ਤੇ ਪਤੰਗ ਮਸ਼ੀਨ ਉੱਤੇ ਵੀ ਚਾੜੀ ਪਾਣਾ ਮਰ ਵੀ ਚਾੜਦੇ ਉਹ ਸਮਝੋ ਤੁਹਾਡੇ ਕੋਲ ਲਾਹੌਰ ਪਹੁੰਚ ਜਾਣਗੇ ਪਤੰਗਾਂ ਦੇ ਮਰਜ਼ੀ ਦੇਖੋ ਬਾ ਉੱਤੇ ਕਿੰਨੀਆਂ ਪਈਆਂ ਆ ਜੀ ਇਹ ਮੈਂ ਦੇਖ ਰਿਹਾ ਅਗਲੇ ਦਿਨ ਮੈਂ ਹਲੇ ਹੋਰ ਉਤਲੀ ਅਲਮਾਰੀ ਸਾਰੀ ਡੋਰ ਵੀ ਭਰੀ ਭਾਈ ਤਾਂ ਸਾਹਮਣੇ ਉੱਤੇ ਲਾਈ ਸੀ ਅਗਲੇ ਦਿਨ ਤਸਵੀਰ ਪੁਰਾਣੀਆਂ ਪਈਆਂ ਸਨ ਸ਼ਾਇਦ ਤੂੰ ਮੈਨੂੰ ਦੇਖਣ 'ਚ ਇਸ ਤਰ੍ਹਾਂ ਲੱਗਾ ਮੈਂ ਕਿਹਾ ਸ਼ਾਇਦ ਕੋਈ ਗੱਡੀ ਦਾ ਐਕਸੀਡੈਂਟ ਹੋਇਆ ਜਿਹਦਾ ਖਾਣ ਦੇ ਕੋਈ ਗੁੱਛੀ ਮੁੱਛੀ ਮੈਂ ਕਿਹਾ ਭਾਈ ਤਾਂ ਕਿਤੇ ਐਕਸੀਡੈਂਟ ਹੋਇਆ ਕਹਿੰਦੇ ਤੁਸੀਂ ਸਾਨੂੰ ਮਜ਼ਾਕ ਕਰਨਾ ਮੈਂ ਤਾਂ ਪਤੰਗਾਂ ਵਿਖਾਉਣ ਡਿਆ ਐਸਾ ਵੀ ਉਹ ਤਸਵੀਰ ਦਾ ਸਿਚੁਏਸ਼ਨ ਬਣੀ ਸੀ ਜੀ। ਭਾਈ ਸਾਹਿਬ ਸਾਡੇ ਸਿਆਲਕੋਟ ਦੇ ਵਿੱਚ ਅੱਸੂ ਵਿਸਾਖ ਦੇ ਵਿੱਚ 7 ਪਰਿੰਦੇ ਉਡਾਏ ਜਾਂਦੇ ਨੇ, ਜੇਠ 'ਚ 11 ਉਡਾਏ ਜਾਂਦੇ ਨੇ, ਕਿਆ ਲਾਹੌਰ 'ਚ ਵੀ ਇਹੀ ਰੇਸ਼ੋ ਚੱਲਦੀ ਹੈ ਇਹੀ ਕੁਆਂਟਿਟੀ ਕਬੂਤਰਾਂ ਦੀ? ਜਿਹੜੀ ਮੇਨ ਬਾਜ਼ੀਆਂ ਉਹ 7 ਕਬੂਤਰਾਂ ਦੀ ਹੈ, ਬਾਜ਼ੀਆਂ 7 ਦੀਆਂ ਹੀ ਨੇ ਇੱਥੇ, 11 ਨਹੀਂ ਨਹੀਂ 11, ਲੇਕਿਨ ਹੁਣ ਵਿੱਚ ਆ ਕੇ ਕੱਪ ਉੱਡਣੇ ਸ਼ੁਰੂ ਹੋਏ ਨੇ, ਕੋਈ 21 ਦਾ ਕੋਈ 11 ਦਾ ਇੱਕ ਟਾਈਮ ਦੇ 51 ਦਾ ਵੀ ਉੱਡਿਆ। ਠੀਕ, ਉਹ ਤਾਂ ਕੱਪ ਹੋ ਗਏ ਨਾ ਜੀ, ਕੱਪ ਬਾਜ਼ੀਆਂ। ਇਹਦੀ ਕੀ ਵਜ੍ਹਾ ਹੈ ਕਿ ਉਹ ਤਲ 11 ਤੇ ਤਲ 7, ਇਹਦੀ ਰੀਜ਼ਨ ਕੋਈ ਹੈ? ਦੇਖੋ ਬਾਤ ਹੈਗੀ ਹੈ, ਕੋਈ ਵੀ ਕਾਨੂੰਨ ਜਿਹੜਾ ਤੁਸੀਂ ਆਪਸ 'ਚ ਤੁਸੀਂ ਅਤੇ ਮੈਂ ਬੈਠੇ ਹਾਂ ਜੀ, ਜੋ ਅਸੀਂ ਡਿਸਾਈਡ ਕਰ ਲਾਂਗੇ ਬਾਜ਼ੀ ਉਹਦੇ ਮੁਤਾਬਕ। ਠੀਕ ਹੈ ਜੀ, ਅਗਰ ਮੁਤਫਿਕਾ ਤੌਰ 'ਤੇ ਮੁਤਫਿਕਾ ਜੋ ਤੁਹਾਡਾ ਮੇਰਾ ਮਜਬੂਰੀ ਕੋਈ ਨਹੀਂ, ਕੋਈ ਕੋਈ ਨਹੀਂ। ਠੀਕ ਹੈ, ਲੇਕਿਨ ਜਿੱਥੋਂ ਤੱਕ ਲਾਹੌਰ ਦੀ ਰਵਾਇਤੀ ਗੇਮ ਦਾ ਤੱਲ ਜੀ, ਉਹ 7 ਅੱਖ ਹੋ ਜਾਂਦੇ ਨੇ। ਭਾਈ ਸਾਹਿਬ ਅਕਸਰ ਮੈਂ ਦੇਖਿਆ ਮੁਕਾਬਲਿਆਂ ਦੀਆਂ ਵੀਡੀਓ ਚੜ੍ਹਦੀਆਂ ਨੇ, ਕੁਛ ਕਲੈਸ਼ਿਜ਼ ਵੀ ਪੈਂਦੇ ਨੇ ਉਹਨਾਂ 'ਚ, ਕੁਛ ਕਹਿ ਲਓ ਕਿ ਉਹ ਚੁੰਬੜਬਾਜ਼ੀ ਵੀ ਹੁੰਦੀ ਹੈ, ਉਹ ਨਹੀਂ ਹੋਣੀ ਚਾਹੀਦੀ ਜੀ, ਨਹੀਂ ਉਹ ਮੁਖਾਲਫਤ ਮੁਖਾਲਫਤ ਨਹੀਂ ਹੋਣੀ ਜੀ, ਸ਼ੌਕ ਦੇ ਪਿਆਰ ਦਾ ਵਧਾਉਣਾ ਚਾਹੀਦਾ। ਤੁਹਾਨੂੰ ਤੇ ਸਾਡੇ ਉਸਤਾਦਾਂ ਨੇ ਇਹ ਦੱਸਿਆ ਕਿ ਜਦ ਤੱਕ ਤੁਸੀਂ ਆਪਣੇ ਹਰੀਫ ਨਾਲ ਪਿਆਰ ਨਹੀਂ ਕਰੋਗੇ ਬਿਲਕੁਲ ਤੁਸੀਂ ਦੁਨੀਆ ਦਾ ਕੋਈ ਸ਼ੌਕ ਨਹੀਂ ਕਰਦੇ, ਬਿਲਕੁਲ ਇਸ ਤਰ੍ਹਾਂ ਹੀ, ਚਾਹੇ ਮੁਰਗਬਾਜ਼ੀ ਹੈ, ਚਾਹੇ ਪਤੰਗਬਾਜ਼ੀ ਹੈ, ਚਾਹੇ ਕਬੂਤਰਬਾਜ਼ੀ ਬਿਲਕੁਲ, ਚਾਹੇ ਕੁਸ਼ਤੀ ਹੈ, ਚਾਹੇ ਕਬੱਡੀ, ਕੋਈ ਵੀ ਸ਼ੌਕ, ਕ੍ਰਿਕਟ, ਕੋਈ ਵੀ ਸ਼ੌਕ ਲੈ ਲਓ, ਤਦ ਤੱਕ ਤੁਸੀਂ ਆਪਣੇ ਹਰੀਫ ਨਾਲ ਪਿਆਰ ਨਹੀਂ ਕਰੋਗੇ, ਕਿਹਦੇ ਨਾਲ ਸ਼ੌਕ ਕਰੋਗੇ? ਬਿਲਕੁਲ, ਜਦੋਂ ਹਰੀਫ ਹੋਏਗਾ ਨਹੀਂ ਤੇ ਸ਼ੌਕ ਕਿਹਦੇ ਨਾਲ ਕਰੋਗੇ, ਕਿਹਦੇ ਨਾਲ ਸ਼ੌਕ? ਬਿਲਕੁਲ ਇਸ ਤਰ੍ਹਾਂ ਹੀ ਹੈ। ਅੱਛਾ, ਮੇਰੇ ਕਹਿਣ ਦਾ ਮਤਲਬ ਸੀ ਕਿ ਇੱਕ ਤਾਂ ਕਿਆ ਜਿਹੜੀਆਂ ਆਨ ਨੈੱਟ ਜਾਂ ਲਾਈਵ ਆ ਕੇ ਮੁਕਾਬਲੇ ਇੱਕ ਦੂਜੇ ਚੈਲੰਜ ਕੀਤੇ ਜਾਂਦੇ ਨੇ, ਕਿਆ ਮੁਨਾਸਬ ਚੀਜ਼ ਹੈ? ਨਾਮੁਨਾਸਬ ਹੈ ਬਿਲਕੁਲ, ਐਸਾ ਇਕੱਠ 'ਚ ਬੈਠੇ ਆਪਸ 'ਚ ਗੱਲਬਾਤ ਕਰ ਲਓ, ਜਿਹੜਾ ਜਿਹੜਾ ਸ਼ੌਕ ਕਰਨਾ ਉਛਾਲਣਾ ਇੱਕ ਨਹੀਂ ਮੁਨਾਸਬ ਨਹੀਂ ਹੈ, ਉਹਦੇ 'ਚ ਇੱਕ ਚੀਜ਼ ਹੁੰਦੀ ਹੈ ਜੀ। ਤੁਸੀਂ ਬੜੇ ਹੈਰਾਨ ਹੋਵੋਗੇ, ਮੈਂ 55 ਸਾਲ ਤੋਂ ਇਸ ਜੋਬ 'ਚ, ਮਾਸ਼ਾਅੱਲਾ ਅੱਜ ਤੱਕ ਮੇਰੀਆਂ ਪੈਸਿਆਂ ਦੀਆਂ ਬਾਜ਼ੀਆਂ ਨਹੀਂ ਲੱਗੀਆਂ, ਮਾਸ਼ਾਅੱਲਾ ਤੁਸੀਂ ਮੇਰੇ ਇਹ ਨਾਲੇ 'ਚ ਬੜਾ ਇਜ਼ਾਫਾ ਕੀਤਾ ਹੈ, ਜਦੋਂ ਵੀ ਮੈਂ ਉਡਾਇਆ ਕੱਪ ਉਡਾਇਆ ਮਾਸ਼ਾਅੱਲਾ, ਮੈਂ ਆਪਣੀਆਂ ਜਿਹੜੀਆਂ ਆਪਣੇ ਸਾਹਮਣੇ ਗੇਮ ਦੀਆਂ ਬਾਜ਼ੀਆਂ ਲੱਗੀਆਂ ਉਡਾਇਆ, ਉਸਤਾਦੀ ਬਾਜ਼ੀ ਲਾਈ ਉਡਾਇਆ। ਉਹ ਕੀ ਲਾਉਂਦੇ ਉਹਦੇ 'ਚ ਕੀ ਨਾਮ ਕੀ ਹੁੰਦਾ? ਉਸਤਾਦੀ ਬਾਜ਼ੀ ਜਿਹੜਾ ਜੀ, ਕਿਸੇ ਨੇ 2000 ਰੱਖਿਆ ਹੁੰਦਾ, ਕਿਸੇ ਨੇ 500 ਰੱਖਿਆ, ਪਹਿਲਾਂ ਤਾਂ ਅਸੀਂ ਯਾਨੀ ਕਿ ਸਮਝੋ ਰੋਟੀ ਪਾਣੀ 5 ਰੁਪਏ ਪਹਿਲਾਂ ਉਡਾਉਂਦੇ ਹੁੰਦੇ ਸਾਂ, ਫਿਰ ਇੱਕ ਟਾਈਮ ਦੇ ਆ ਗਏ 11.5, ਮਾਸ਼ਾਅੱਲਾ ਫਿਰ ਇੱਕ ਟਾਈਮ ਦੇ ਆ ਗਿਆ 101, ਇਸ ਲਈ ਜਿਹੜੀ ਰੂਟੀਨ ਚੱਲਦੀ ਵੀ ਉਹ 2000 ਰੁਪਏ ਚੱਲਦਾ ਪਿਆ, ਮਾਸ਼ਾਅੱਲਾ ਉਹਦੇ ਵਿੱਚ ਕੋਈ ਪਰ ਨਹੀਂ ਹੁੰਦਾ, ਕੋਈ ਦੂਸਰਾ ਉੱਤੇ ਥੱਲੇ ਦੀ ਹਾਰ ਜਿੱਤ ਨਹੀਂ ਹੁੰਦੀ, 7 ਬਾਜ਼ੀਆਂ ਦੇ ਬਾਅਦ ਤੁਸੀਂ 2000 ਰੁਪਏ ਦੇਣਾ ਤੇ 2000 ਰੁਪਏ ਲੈਣਾ, ਖਰਚਾ 7 ਬਾਜ਼ੀਆਂ ਦੇ ਰਾਊਂਡ ਅਬਾਊਟ ਉਹ ਬਹੁਤ ਜ਼ਿਆਦਾ 70,000 ਰੁਪਏ ਲੱਗ ਗਿਆ, ਮਾਸ਼ਾਅੱਲਾ ਉਹ ਤਾਂ ਬਹੁਤ ਜ਼ਿਆਦਾ, 7 ਬਾਜ਼ੀਆਂ ਕੀ ਹੈ, ਕਿੰਨੇ ਰੁਪਏ ਦੇਣਾ ਕਿ ਯਾਰ ਇਹ ਜਿੱਤਿਆ ਫੜ ਤੇਰਾ ਹੀ ਨਾਮ, ਸ਼ੌਕ ਸ਼ੌਕ ਹੁੰਦਾ ਇਹ। ਮੈਂ ਤੁਹਾਡੇ ਤੁਸੀਂ ਸਾਡੇ ਕੋਲ ਮੈਂ ਸੁਣਿਆ ਬੜੀ ਦੇਰ ਬਾਅਦ ਗੱਲ ਤਕਰੀਬਨ ਨਾ, ਉਹ 13 ਕੁ ਸਾਲ ਪਹਿਲਾਂ ਗੁਜਰਾਂਵਾਲੇ ਦੇ ਹਕੀਮ ਨੇ, ਨਾਮ ਉਹਨਾਂ ਦਾ ਸ਼ਾਇਦ ਭੁੱਲ ਗਿਆ ਵਾ, ਹਕੀਮ ਸਾਹਿਬ ਨੇ, ਉਹ ਵੀ ਸ਼ੌਕ ਕਰਦੇ ਨੇ, ਉਹਨਾਂ ਕੋਲ ਮਿੱਧੇ ਦੀ ਮੈਂ ਦਵਾਈ ਲਿਆਉਂਦਾ ਸਾਂ ਅਤੇ ਮੈਂ ਵੀ ਬਾਈ ਚਾਂਸ ਧਿਆਨ ਮੇਰਾ ਤੁਹਾਡੇ ਇੱਕ ਛੋਟਾ ਜਿਹਾ ਪਿੰਜਰਾ ਪਿਆ ਦਾ ਸੀ, ਮੈਂ ਉਹਨਾਂ ਕਿਹਾ ਹਕੀਮ ਸਾਹਿਬ ਤੁਸੀਂ ਕਬੂਤਰ ਉਡਾਉਂਦੇ ਹੋ, ਸ਼ੌਕ ਰੱਖਿਆ ਦਾ? ਉਹਨੇ ਕਿਹਾ ਮੈਂ ਬੜਾ ਪੁਰਾਣਾ ਸ਼ੌਕ ਕਰਨਾ ਵਾ, ਮੈਂ ਸ਼ੌਕ ਕਰਨਾ ਸਾਂ ਯੂਸਫ ਖਾਨ ਸਾਹਿਬ ਦੇ ਨਾਲ, ਐਕਟਰ ਜਿਹੜੇ ਨੇ ਉਹਨਾਂ ਨਾਲ ਕਰਨੇ ਸਾਂ, ਮੈਡਮ ਨੂਰ ਜਹਾਂ ਦੇ ਸੀ ਜਾ ਕੇ ਬੈਠੇ ਹੁੰਦੇ ਸਾਂ ਸਾਰੇ ਅਸੀਂ, ਅਤੇ ਮੇਰੀ ਉਹਨਾਂ ਦੇ ਭਰਾ ਨਾਲ ਵੀ ਇੱਕ ਵਾਰੀ ਝਗੜਾ ਹੋ ਪਿਆ ਸੀ, ਨਹੀਂ ਨਹੀਂ ਯੂਸਫ ਖਾਨ ਸਾਹਿਬ ਦੇ ਭਰਾ ਨਾਲ, ਅਤੇ ਫਿਰ ਉਹ ਮੈਡਮ ਨੇ ਕਿਹਾ ਕਿ ਨਹੀਂ ਜੀ ਇਹ ਗਲਤੀ ਇਹਨਾਂ ਦੀ ਸੀ, ਨਾਮ ਉਹਨਾਂ ਦੇ ਜਿਹਨ 'ਚ ਨਿਕਲ ਗਿਆ ਇਹਨਾਂ ਦੀ ਗਲਤੀ ਨਹੀਂ ਸੀ, ਫਿਰ ਯੂਸਫ ਖਾਨ ਸਾਹਿਬ ਨੇ ਫਿਰ ਸੁਲਾ ਸਫਾਈ ਉੱਥੇ ਕਰਾਈ, ਯਾਨੀ ਕਿ ਤਾਂ ਬੜਾ ਪੁਰਾਣਾ ਮੈਂ ਸ਼ੌਕ ਕਰਨਾ ਸੀ।
ਗੱਲ ਤਾਂ ਲੁਬੇ ਲਬਾਬ ਚੋਂ ਉਹਨਾਂ ਦੀਆਂ ਮੈਨੂੰ ਕਿਹਾ ਮੈਂ ਕਿਹਾ ਅਸੀਂ ਬਾਜ਼ੀਆਂ ਨਹੀਂ ਸਾਡਾ ਦੇ ਜਿਹੜੀਆਂ ਹੁਣ ਉੱਡਦੀਆਂ ਨੇ ਮੈਂ ਕਿਹਾ ਸਾਡੀ ਬਾਜ਼ੀ ਉੱਡਦੀ ਸੀ ਅਸੀਂ ਪਾਉਣ ਅਗਲੇ ਤਾਂ ਮੂੰਹ 'ਚ ਪਾਉਂਦੇ ਸਾਂ ਅਤੇ ਹਾਰ ਪਵਾਉਂਦੇ ਸੀ ਗੱਲ ਦਾ ਮਸ਼ੀਨ ਇਹ ਸੀ ਕਿ ਉਹਨਾਂ ਕਿਹਾ ਕਿ ਅਸੀਂ ਹਾਰ ਪਾਉਂਦੇ ਸਾਂ ਅਤੇ ਪਾਨ ਖਵਾਉਂਦੇ ਸਾਂ ਜਿਹੜਾ ਬੰਦਾ ਜਿੱਤਦਾ ਸੀ ਉਹਨੂੰ ਹਾਰਿਆ ਜਿਹੜਾ ਬੰਦਾ ਤੁਸੀਂ ਖਵਾਉਂਦਾ ਸੀ ਅਤੇ ਤੁਸੀਂ ਤਰਦੀਦ ਕਰ ਦਿੱਤੀ ਉਹੀ ਚੀਜ਼ ਦੀ ਤੁਸੀਂ ਮੋਸਟ ਸੀਨੀਅਰ ਹੋ ਸਾਨੂੰ ਤੁਹਾਡੀ ਗੱਲ 'ਤੇ ਯਕੀਨ ਹੈ ਉਹ ਵੀ ਅਸੀਂ ਆਨ ਏਅਰ ਲਾਈਵ ਚੱਲਣ ਡੇ ਜੀ ਪੂਰੀ ਦੁਨੀਆ ਪੀ ਵਹਿੰਦੀ ਹੈ ਪਈ ਅਤੇ ਉਸਤਾਦ ਮੋਹਤਮ ਤੁਹਾਡੇ ਖਿਆਲ ਨਾਲ ਕਿ ਜਿਹੜੀ ਸ਼ਹਿਰਾਂ ਦੀ ਤਕਸੀਮ ਪੈਂਦੀ ਹੈ ਅਸੀਂ ਅੱਗੇ ਭਾਈ ਮਹਾਦਵਲ ਵੀ ਬੈਠੇ ਦੇ ਸਨ ਇਹ ਲਾਹੌਰ ਦਾ ਕਸੂਰ ਦਾ ਜੀ ਅਸੀਂ ਲਾਹੌਰੀਏ ਹਾਂ ਦੂਜਾ ਕਬੂਤਰ ਕਿਉਂ ਚੰਗਾ ਅਸੀਂ ਸਿਆਲਕੋਟ ਵੱਲ ਕਦੀ ਚੀਜ਼ ਨਹੀਂ ਮੈਂ ਇਸ ਚੀਜ਼ 'ਤੇ ਗਰੰਟੀ ਦਿੰਦਾ ਕਿਉਂ ਕਰ ਕਿਸੇ ਵੱਡੇ ਉਸਤਾਦ ਦੇ ਮੂੰਹ ਮੈਂ ਕਦੀ ਇਹੋ ਜਿਹੇ ਅਲਫਾਜ਼ ਨਹੀਂ ਸੁਣੇ ਤੁਸੀਂ ਉਹ ਹੋਰ ਵੀ ਬੜੇ ਨੇ ਸੀਨੀਅਰ ਇਹ ਚੀਜ਼ ਕਦੀ ਨਹੀਂ ਸੁਣੀ ਕਿਉਂ ਚੀਜ਼ ਉਛਲਦੀ ਬੇਵਕੂਫ ਲੋਕ ਨੇ ਜਿਹੜੇ ਇਸ ਚੀਜ਼ ਨੂੰ ਉਛਾਲਦੇ ਨੇ ਬੇਸਿਕਲੀ ਅਸੀਂ ਪਾਕਿਸਤਾਨੀ ਪਹਿਲੋਂ ਅਸੀਂ ਪਾਕਿਸਤਾਨੀ ਬਿਲਕੁਲ ਉਹਦੇ ਬਾਅਦ ਅਸੀਂ ਪਹਿਲੋਂ ਮੁਸਲਮਾਨ ਆ ਫਿਰ ਪਾਕਿਸਤਾਨੀ ਬਿਲਕੁਲ ਸ਼ੌਕ ਕਰਨ ਵਾਲੇ ਬਿਲਕੁਲ ਉਹਦੇ ਵਿੱਚ ਇੱਕ ਕਬੀਲਾ ਉਹਦੇ ਵਿੱਚ ਅਗਰ ਫਿਰੋਜ਼ਪੁਰੀ ਕਬੂਤਰ ਨੇ ਉਹਦੇ ਵਿੱਚ ਅਗਰ ਸਿਆਲਕੋਟੀ ਕਬੂਤਰ ਨੇ ਉਹਦੇ ਵਿੱਚ ਅਗਰ ਲਾਹੌਰ ਵਾਲੇ ਨੇ ਕੋਈ ਬਣਾਏ ਨੇ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ ਕਬੂਤਰ ਨੇ ਹਾਂ ਇਸ਼ੂ ਇੱਕ ਚੀਜ਼ ਦਾ ਹੈਗਾ ਨੀਵੀਂ ਵਾਲਿਆਂ ਠੀਕ ਹੈ ਉਹ ਸਾਡੇ ਪਰਵਾਜ਼ੀ ਉਚਾਈ ਵਾਲੇ ਕਬੂਤਰਾਂ ਤੋਂ ਹਟ ਗਿਆ ਠੀਕ ਹੈ ਉਹ ਇੱਕ ਲਹਿਦਾ ਚੈਪਟਰ ਹੈ ਉਹਦੇ ਬਾਅਦ ਉਹ ਜਿਹੜੇ 50-60 ਕਬੂਤਰ ਡਾਂਦੇ ਨੇ ਉਹਨਾਂ ਨੂੰ ਕੀ ਕਹਿੰਦੇ ਟੋਲੀ ਵਾਲੇ ਉਹ ਇੱਕ ਲਹਿਦਾ ਚੈਪਟਰ ਹੈ ਠੀਕ ਹੈ ਸਾਡੇ ਜਿਹੜੇ ਕਬੂਤਰ ਨੇ ਹਾਈ ਪਰਵਾਜ਼ ਵਾਲੇ ਹਾਈ ਫਲੈਟ ਜਿਹੜੇ ਉਹਦੇ ਵਿੱਚ ਕੋਈ ਕਬੂਤਰ ਹੋਵੇ ਫਿਰੋਜ਼ਪੁਰੀ ਹੋਵੇ ਸਿਆਲਕੋਟੀ ਹੋਵੇ ਲਾਹੌਰੀ ਹੋਵੇ ਕੋਈ ਕਦੂਰੀ ਕੋਈ ਹੋਵੇ ਠੀਕ ਹੈ ਸਾਨੂੰ ਕੋਈ ਤਵੀਜ਼ ਨਹੀਂ ਕਰਨੀ ਚਾਹੀਦੀ ਸਾਨੂੰ ਸ਼ੌਕ ਕਰਨਾ ਅੱਛਾ ਕਬੂਤਰ ਹੋਣਾ ਚਾਹੀਦਾ ਸ਼ੌਕ ਕਰਨਾ ਔਰ ਸਿਆਲਕੋਟ ਦੇ ਵੀ ਅੱਛੇ ਕਬੂਤਰ ਨੇ ਫਿਰੋਜ਼ਪੁਰੀ ਵੀ ਅੱਛੇ ਕਬੂਤਰ ਨੇ ਇਹ ਨਹੀਂ ਕਿ ਸਿਆਲਕੋਟ ਦੇ ਨਹੀਂ ਹੈਗੇ ਤਾਂ ਉੱਥੇ ਨਹੀਂ ਹੈਗੇ ਅੱਛੇ ਜਾਨਵਰ ਨੇ ਉਹ ਆਪਣਾ ਆਪ ਦਿਖਾਉਂਦੇ ਨੇ ਸ਼ੁਰੂ ਦੇ ਵਿੱਚ ਜਿਸਨੇ ਅਸੀਂ ਕਬੂਤਰ ਅੱਗੇ ਸੀ ਮੇਰੇ ਕੋਲ ਆਪਣਾ ਚੂਹੇ ਵੀ ਆਏ ਫਿਰ ਉਹਦੇ ਬਾਅਦ ਉਹ ਸਫੈਦ ਕਬੂਤਰ ਛੋਟੇ ਛੋਟੇ ਹੁੰਦੇ ਟੁਣੀਆਂ ਟੁਣੀਆਂ ਵੀ ਆਏ ਫਿਰ ਉਹਦੇ ਬਾਅਦ ਆਪਣਾ ਪੈਂਤੀ ਵਾਲੇ ਵੀ ਆਏ ਉਹਦੇ ਬਾਅਦ ਵੈਸ਼ੀ ਆਏ ਮਾਸ਼ਾਅੱਲਾ ਨਿਆਬ ਨਸਲਾਂ ਜਿਹੜੀਆਂ ਸੀ ਫਿਰ ਇੱਕ ਟਾਈਮ ਦੇ ਉੱਤੇ ਉੱਥੇ ਫੁੱਟਬਾਲ ਦਾ ਕੋਈ ਕੰਮ ਕਰਦਾ ਸੀ ਉਹਦੇ ਕੋਲ ਮੈਂ ਹਰੇ ਲਿਆਂਦੇ ਜਾ ਕੇ ਠੀਕ ਹੈ ਮੈਨੂੰ ਨਾਂ ਨਹੀਂ ਦੇਣ ਜਾ ਰਿਹਾ ਇਸ ਲਈ ਫੁੱਟਬਾਲ ਵੇਚਦੇ ਸੀ ਆਪ ਜਾਂਦੇ ਸਿਆਲਕੋਟ ਜੀ ਸਿਆਲਕੋਟ ਕੌਣ ਸਾ ਜੀ ਮੈਂ ਸਰ ਫੁੱਟਬਾਲ ਦਾ ਕਾਰਖਾਨਾ ਸੀ ਔਰ ਫੁੱਟਬਾਲ ਬਣਾ ਕੇ ਵੇਚਦੇ ਸਨ ਪੀਰਾ ਨਾਈ ਸੀ ਅੰਮ੍ਰਿਤਸਰ ਦਾ ਉਹਦੇ ਮਿਲਣ ਵਾਲੇ ਮਹੱਲੇ ਦਾ ਪਤਾ ਹੋਏ ਕਿ ਮਹੱਲਾ ਕਿਹੜਾ ਸੀ ਮਹੱਲਾ ਜਿਹੜਾ ਸੀ ਉਹ ਜਿਹੜਾ ਡਰਾਮਾ ਵਾਲਾ ਚੌਂਕ ਉਹਦੇ ਲਾਗੇ ਜਾ ਕੇ ਕਿਤੇ ਗ੍ਰੀਨਵੁੱਡ ਸਟਰੀਟ 'ਚ ਹੋਣੇ ਨੇ ਕੋਈ ਕਿਉਂਕਿ ਉਹ ਤਾਂ ਡਿਪਟੀ ਬਾਗ ਦੇ ਵਿੱਚ ਖੇਲਾਂ ਦੀਆਂ ਦੁਕਾਨਾਂ ਨੇ ਉਹਨਾਂ ਕੋਲ ਉਹਨਾਂ ਦੇ ਕਾਲੇ ਕਬੂਤਰ ਮਸ਼ਹੂਰ ਸਨ ਤੁਸੀਂ ਇਹ ਦੇਖੋ ਕਿ ਲਫਜ਼ ਹੁੰਦਾ ਹੈ ਤਸਬ ਨਹੀਂ ਪਾਇਆ ਗਿਆ ਤਸਬ ਨਹੀਂ ਪਾਇਆ ਗਿਆ ਖੁੱਲੇ ਦਿਲ ਨਾਲ ਗੱਲ ਕੀਤੀ ਕੋਈ ਅੱਛਾ ਜਾਨਵਰ ਹੋਏਗਾ ਉਹਨੂੰ ਐਪਰੀਸ਼ੀਏਟ ਕਰਨਾ ਬਿਲਕੁਲ ਕਰਨਾ ਚਾਹੀਦਾ ਬਿਲਕੁਲ ਕਰਨਾ ਚਾਹੀਦਾ ਕਿਆ ਟੁਣੀਆਂ ਕਬੂਤਰ ਅਕਲਮੰਦ ਨਹੀਂ ਸਨ ਲਾਜਵਾਬ ਲਾਜਵਾਲ ਅਕਲ ਕਿਆ ਵੈਸ਼ੀ ਕਬੂਤਰ ਵੈਸ਼ੀ ਨਹੀਂ ਸਨ ਬੜੀ ਪ੍ਰਵਾਦ ਨੇਰਿਆਂ ਦੀਆਂ ਪ੍ਰਵਾਦਾਂ ਜੀ ਉਹਨਾਂ ਦਾ ਫਿਰੋਜ਼ਪੁਰੀ ਕਬੂਤਰ ਇਨਸਾਨ ਦੀ ਪ੍ਰਵਾਦ ਦੇ ਮਾਰਗ ਲਈ ਟਾਪ ਕਬੂਤਰ ਜੀ ਮੇਰਾ ਮਤਲਬ ਸੀ ਕਿਉਂ ਕਿਸੇ ਕਬੂਤਰ ਨੂੰ ਬੁਰਾ ਕਹੀਦਾ ਕਿਉਂ ਕਿਸੇ ਨੂੰ ਅੱਛਾ ਬਿਲਕੁਲ ਜਿਹੜਾ ਅੱਛਾ ਹੈ ਉਹ ਅੱਛਾ ਹੈ ਬੇਸ਼ੱਕ ਜਿਹੜਾ ਨਹੀਂ ਅੱਛਾ ਉਹ ਨਹੀਂ ਅੱਛਾ ਬੇਸ਼ੱਕ ਕੁਝ ਲੋਕ ਕਹਿੰਦੇ ਨੇ ਵੀ ਸਿਆਲਕੋਟੀ ਨਹੀਂ ਅੱਛੀ ਸਿਆਲਕੋਟੀ ਨੂੰ ਜ਼ਿਆਦਾ ਪਿੰਨ ਅਪ ਕਰਦੇ ਨੇ ਆਵਾਜ਼ ਨਹੀਂ ਕਰਦਾ ਆਵਾਜ਼ ਮੈਂ ਇੱਕ ਗੱਲ ਬੇਟਾ ਤੈਨੂੰ ਅੱਗੇ ਵੀ ਕਹੀ ਹੈ ਕਿ ਅਸੀਂ ਪਹਿਲਾਂ ਮੁਸਲਮਾਨ ਹਾਂ ਫਿਰ ਅਸੀਂ ਪਾਕਿਸਤਾਨੀ ਹਾਂ ਪਾਕਿਸਤਾਨ ਦੇ ਸਾਰੇ ਸ਼ਹਿਰ ਨੇ ਅੱਲਾ ਨੇ ਉਹਨੂੰ ਆਵਾਜ਼ ਰੱਖੀ ਸਿਆਲਕੋਟ ਹੋਵੇ ਕਰਾਚੀ ਹੋਵੇ ਕਸੂਰ ਹੋਵੇ ਸਾਨੂੰ ਆਪੋ ਜਿਹਾ ਤਮੀਜ਼ ਨਹੀਂ ਕਰਨੀ ਚਾਹੀਦੀ ਸਾਨੂੰ ਸੇਵ ਨਹੀਂ ਜਿਹੜੇ ਬੰਦੇ ਮੈਂ ਕਹਿੰਦਾ ਸਾਨੂੰ ਸੇਵ ਨਹੀਂ ਦਿੰਦੇ ਅੱਲਾ ਪਾਕ ਜਿਹੜੇ ਬੰਦੇ ਕਹਿੰਦੇ ਨੇ ਨਾ ਕਿ ਜੀ ਸਿਆਲਕੋਟੀ ਨਹੀਂ ਅੱਛਾ ਜਾਂ ਜਿਹੜੇ ਕਹਿੰਦੇ ਨੇ ਕਸੂਰੀ ਕਬੂਤਰ ਨਹੀਂ ਅੱਛਾ ਉਹ ਬੇਵਕੂਫ ਨੇ ਬੇਵਕੂਫ ਨੇ ਉਹਨਾਂ ਕੋਲ ਅੱਛਾ ਕਬੂਤਰ ਅੱਜ ਤੱਕ ਨਹੀਂ ਆਇਆ ਜਿਹੜਾ ਬੰਦਾ ਕਹਿੰਦਾ ਮੈਂ ਫਿਲਹਾਲ ਹੁਣ ਇਸ ਟਾਈਮ ਤੱਕ ਜਿਹੜੇ ਮੈਂ ਕਬੂਤਰ ਦੇਖੇ ਨੇ ਸਿਆਲਕੋਟੀ ਕਬੂਤਰ ਲਾਹੌਰ 'ਚ ਜਿਹੜਾ ਮੇਰਾ ਭਰਾ ਕਹਿੰਦਾ ਕਿ ਸਿਆਲਕੋਟੀ ਅੱਛਾ ਨਹੀਂ ਉਸਤਾਦ ਮਾਫੀ ਉਹ ਸਭ ਕੁਝ ਮੈਂ ਦੇਖ ਕੇ ਆਇਆ ਵਾਂ
ਉਹ ਇਹਨਾਂ ਕੋਲ ਜਾ ਕੇ ਕਬੂਤਰ ਸਿਆਲਕੋਟੀ ਦੇਖ ਲੈਣ ਅੱਛੇ ਹੁੰਦੇ ਨੇ ਕਿ ਨਹੀਂ, ਕਿਉਂਕਿ ਹਜੇ ਤੱਕ ਤਾਂ ਮੈਂ ਇਹਨਾਂ ਕੋਲ ਦੇਖੇ ਨੇ, ਹੋਰ ਵੀ ਇਹਨਾਂ ਤੋਂ ਸੀਨੀਅਰ ਵੀ ਕਈ ਹੋਣੇ ਨੇ ਜਿਹਨਾਂ ਦੇ ਕੋਲ ਪਏ ਹੋਣੇ ਨੇ, ਮੈਨੂੰ ਉਹਨਾਂ ਦਾ ਨਹੀਂ ਪਤਾ। ਠੀਕ ਹੈ ਜੀ, ਜੇ ਜਿਹੜਾ ਬੰਦਾ ਕਹਿੰਦਾ ਕਿ ਜੀ ਕਸੂਰੀ ਕਬੂਤਰ ਅੱਛਾ ਨਹੀਂ, ਮੈਂ ਗਰੰਟੀ ਨਾਲ ਕਹਿੰਦਾ ਕਿ ਉਹਨੇ ਅੱਛਾ ਕਬੂਤਰ ਦੇਖਿਆ ਨਹੀਂ, ਨੋ ਡਾਊਟ। ਮੈਂ ਖੁਦ ਸ਼ੌਕ ਕਰਦਾ ਮੇਰੇ ਕੋਲ ਕਸੂਰੀ ਕਬੂਤਰ ਪਏ ਦੇ। ਜੇ ਕੋਈ ਕਹਿੰਦਾ ਸਿਆਲਕੋਟ ਹੀ ਅੱਛਾ ਨਹੀਂ, ਉਹਨੇ ਅੱਛਾ ਨਹੀਂ ਦੇਖਿਆ। ਹਾਜੀ ਸਾਹਿਬ ਨੇ ਦੇਖੋ ਕਿੱਡੀ ਗੱਲ ਕੀਤੀ ਕਿ ਅਸੀਂ ਉੱਥੋਂ ਲੈ ਕੇ ਆਉਂਦੇ ਸਾਂ, ਜੇ ਹੈ ਸਨ ਤੇ ਹਾਜੀ ਸਾਹਿਬ ਪਸੰਦ ਕਰਕੇ ਲਿਆਉਂਦੇ ਸਨ, ਸਾਰੇ ਜਾਂਦੇ ਸਨ, ਸੀਨੀਅਰ ਉਸਤਾਦ ਮੰਨਦੇ ਨੇ। ਖੈਰ ਸਾਡਾ ਇਹ ਨਹੀਂ ਮਸਲਾ ਕਿ ਕਿਹੜਾ ਮੰਨਦਾ ਤੇ ਕਿਹੜਾ ਨਹੀਂ ਮੰਨਦਾ, ਸਾਡਾ ਤਾਂ ਮਕਸਦ ਹੈ ਕਿ ਜਿਹੜੇ ਨਵੇਂ ਸਿੱਖਣ ਵਾਲੇ ਉਹਨਾਂ ਤੱਕ ਅਵੇਅਰਨੈਸ ਦੇਣਾ, ਉਹਨਾਂ ਕੁਛ ਨਾ ਕੁਛ ਡਿਵੈਲਪ ਕਰਨਾ ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ ਕਿ ਜਿਹੜੇ ਸਾਡੇ ਸੀਨੀਅਰ ਸਨ ਸ਼ੌਕ ਕਰਦੇ ਸਨ। ਦੇਖੋ ਜੀ ਅੱਛਾ ਜਾਨਵਰ, ਅੱਛਾ ਜਾਨਵਰ ਸਿਆਲਕੋਟ 'ਚ ਵੀ ਹੈ ਤੇ ਸਾਡੀ ਗੱਲ ਚੱਲਦਿਆਂ ਕਿਤਲ ਗਈ ਨਹੀਂ, ਮੇਰੀ ਵੀ ਗੱਲ ਤੁਸੀਂ ਭੁਲਾ ਛੱਡੀ, ਤੁਸੀਂ ਜਿਹੜੀ ਗੱਲ ਕੀਤੀ ਸੀ ਨਾ, ਕੋਈ ਬੀਬੀ ਆਈ ਤੇ ਮੇਰੇ ਨਾਲ ਕਰੇ ਪੈਣ ਦਾ ਨਹੀਂ ਹੋ ਜੇ, ਨਹੀਂ ਨਾ ਅੱਜ ਤਾਂ ਆਉਂਦੀ ਨਹੀਂ ਗਈ, ਮੈਂ ਰਾਜਾ ਕਿ ਅੱਛਾ ਭਾਅ ਜੀ ਮੈਂ ਗੱਲ ਕਰਨੇ ਸਾਂ ਕਿ ਜਿਹੜਾ ਸਿਆਲਕੋਟੀ ਤੇ ਲਾਹੌਰੀਆਂ ਦਾ ਚੱਲਦਾ ਹੁੰਦਾ ਸੀ, ਟਸਲ ਨਹੀਂ ਚੱਲਣੀ ਚਾਹੀਦੀ, ਇੱਕ ਸ਼ੌਕ ਸ਼ੌਕ ਹੁੰਦਾ ਉਹਦੇ 'ਚ, ਕਿਹਾ ਜਾਂਦਾ ਕਿ ਜੀ ਅਸਲ ਜਿਹੜੀ ਮੈਂ ਗੱਲ ਕਰਨ ਲੱਗਾ ਸਾਂ ਕਿ ਜੀ ਸਾਡਾ ਸਿਆਲਕੋਟੀ ਰੂਲ ਨਾਲ ਉੱਡੇਗਾ, ਸਾਡਾ ਲਾਹੌਰੀ ਰੂਲ ਨਾਲ ਉੱਡੇਗਾ, ਕਿਆ ਕਲੈਸ਼ ਰਹਿਣਾ ਚਾਹੀਦਾ ਜਾਂ ਇੱਕ ਕਿਸੇ ਨਾ ਕਿਸੇ ਵਕਤ ਆ ਕੇ ਇੱਕ ਹੋ ਜਾਣਾ ਚਾਹੀਦਾ? ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਦੱਸੀ, ਇਹ ਕੋਈ ਅਸਮਾਨੀ ਜ਼ੈਫਾ ਨਹੀਂ ਹੈਗਾ। ਠੀਕ ਹੈ, ਜੋ ਤੁਸੀਂ ਤੇ ਮੈਂ ਬਹਿ ਕੇ ਤੈਅ ਕਰ ਲੈਣਾ ਨਾ, ਉਹ ਸਾਡੇ ਅਸੂਲ ਨੇ, ਉਹ ਤਾਂ ਸਾਡੇ ਕਾਇਦੇ ਜ਼ਵਾਬਤ ਨੇ। ਠੀਕ ਹੈ, ਤੁਸੀਂ ਸਿਆਲਕੋਟ ਜੋ ਮੈਂ ਲਾਹੌਰ ਦਾ, ਅਸੀਂ ਬਾਜ਼ੀਆਂ ਉਡਾਉਣ ਲੱਗੇ ਆਪਸ ਦੇ ਵਿੱਚ, ਜੇ ਇਸ ਸ਼ਰਤ 'ਤੇ ਉੱਡਣੀ ਹੈ। ਅੱਛਾ ਮੈਂ ਦੇਖਿਆ ਅਕਸਰ ਕਿ ਜਦੋਂ ਔਨ ਏਅਰ ਹੁੰਦਾ ਹੁੰਦਾ ਲਾਈਵ 'ਚ ਤੇ ਜ਼ਿਆਦਾ ਬਾਜ਼ੀਆਂ ਐਸੀ ਚੀਜ਼ ਤੋਂ ਰਹਿ ਜਾਂਦੀਆਂ ਨੇ ਕਿ ਅਸੀਂ ਲਾਹੌਰੀ ਰੂਲ ਨਾਲ ਉਡਾਉਣੀਆਂ ਅਤੇ ਅਸੀਂ ਸਿਆਲਕੋਟੀ ਰੂਲ ਨਾਲ ਉਡਾਉਣੀਆਂ, ਨਾ ਉਡਾਉਣ ਦਾ ਮਕਸਦ ਹੁੰਦਾ ਨੇ ਐਵੇਂ ਟਸਲ ਪਾਈ ਹੁੰਦੀ ਹੈ, ਜਿਹਨਾਂ ਨੇ ਉਡਾਉਣੀ ਹੈ ਉਹਨਾਂ ਵਾਸਤੇ ਕੋਈ ਪ੍ਰੋਬਲਮ ਇਸ਼ੂ ਕੋਈ ਨਹੀਂ ਹੈ, ਕੋਈ ਇਸ਼ੂ ਨਹੀਂ, ਉਹ ਬਹਿ ਕੇ ਜੇ ਨਹੀਂ ਮੈਂ ਤਾਂ ਸਮਝਣਾ, ਅੱਜ ਤੋਂ 50 ਸਾਲ ਪਹਿਲਾਂ ਭੀਮ ਸ਼ਹਾਦੇ ਦੀਆਂ ਫੈਜ਼ਲਾਬਾਦ ਬਾਜ਼ੀਆਂ ਹੁੰਦੀਆਂ। ਠੀਕ ਹੈ, ਜਿਹਨਾਂ ਨੇ ਸ਼ੌਕ ਕਰਨਾ ਉਹ ਕਰਦੇ ਨੇ, ਕਰਨਾ ਹੀ ਕਰਨਾ ਉਹਨਾਂ ਨੇ। ਗੋਲੜੇ ਪੀਰ ਅਬਦੁਲ ਰਹਿਮਾਨ ਸਾਹਿਬ ਦੀ 7 ਬਾਜ਼ੀਆਂ ਹੁੰਦੀਆਂ, ਹਾਲਾਂਕਿ ਉੱਥੇ 11 ਹੁੰਦੀ, ਉਹਨਾਂ ਨੇ 7 ਬਾਜ਼ੀਆਂ ਉਡਾਈਆਂ। ਦੇਖੋ ਜਿਹਨੇ ਸ਼ੌਕ ਕਰਨਾ ਉਹਨੇ ਕਰ ਲੈਣਾ, ਉਹਦੇ ਵਾਸਤੇ ਕੋਈ ਮਸਲਾ ਨਹੀਂ ਹੈਗਾ, ਤੇ ਜਿਹਨੇ ਨਹੀਂ ਕਰਨਾ ਉਹਨੇ 50 ਇੱਧਰ ਉੱਧਰ ਦੀ ਖੱਬੇ ਦੇ ਮਾਰ ਕੇ ਮਾਰ ਕੇ ਨਿਕਲ ਜਾਣਾ, ਫਿਰ ਉਹਨੇ ਇੱਕ ਦੂਸਰੇ ਨੂੰ ਕਹਿਣਾ ਜੀ ਉਹ ਨੱਸ ਗਿਆ ਜੀ, ਉਹ ਨੱਸ ਗਿਆ, ਉਹ ਨਹੀਂ ਨੱਸਦਾ ਹੁੰਦਾ ਸ਼ੌਕ ਦੇ ਵਿੱਚ, ਬਿਲਕੁਲ ਠੀਕ, ਨਾ ਕੋਈ ਕਿਸੇ ਨੂੰ ਨਸਾ ਸਕਦਾ। ਅੱਛਾ ਮੇਰੇ ਖਿਆਲ ਕੋਈ ਜਿਹੜੇ ਲਾਉਂਦੇ ਹੁੰਦੇ ਨੇ ਸਾਡਾ ਉਹ ਹਿਸਾਬ ਨਹੀਂ ਹੁੰਦਾ ਕਿ ਦੋ ਭਲਵਾਨ ਖੜ ਜੇ ਲੜਦੇ ਹੋਣ ਤਾਂ ਬਾਹਰ ਵੇਖਣ ਵਾਲੇ ਦਾ ਜ਼ੋਰ ਬਹੁਤਾ ਲੱਗਦਾ, ਉਹ ਜਿਹੜਾ ਉਹਨਾਂ ਦਾ ਆਪਸ 'ਚ ਇੰਨਾ ਕਲੈਸ਼ ਨਹੀਂ ਹੁੰਦਾ, ਜਿਹੜੇ ਆਲੇ ਦੁਆਲੇ ਸੱਜੇ ਖੱਬੇ ਬੈਠੇ ਕਰ ਕਰਕੇ ਸ਼ਤਾਨ ਪੁਣਾ ਤੋਂ ਬਹੁਤੀ ਗੱਲ ਚੁੱਕ ਛੱਡਦੇ। ਬਿਲਕੁਲ ਬਿਲਕੁਲ, ਮੈਂ ਤਾਂ ਸਮਝਦਾ ਕਿ ਇਹ ਚੀਜ਼ਾਂ ਆਨ ਨੈੱਟ ਹੋਣੀਆਂ ਨਹੀਂ ਚਾਹੀਦੀਆਂ, ਜਿਹੜਾ ਬਹਿ ਅੰਦਰ ਬੈਠਕਾਂ 'ਚ ਬਹਿ ਕੇ ਆਪਣੇ ਕਰਨ ਜਾਂ ਜਿੱਥੇ ਇਕੱਠ ਹੁੰਦੇ ਨੇ ਉੱਥੇ ਆ ਕਰਨ, ਨੈੱਟ ਦੇ ਉੱਤੇ ਤਾਂ ਸਿਰਫ ਸਿਲਾਈ ਪਹਿਲੂ ਆਉਣੇ ਚਾਹੀਦੇ। ਬਿਲਕੁਲ, 2000 ਦੇ ਉਸਤਾਦ ਨੇ, 90-2000 ਦੇ ਉਸਤਾਦ ਜਿਹੜੇ ਨੇ, ਉਹਨਾਂ ਜੋ ਪਤਾ ਚੱਲਿਆ ਮੈਂ ਕਬੂਤਰ ਪੁੱਟਣ ਡਿਆ ਵਾਂ, ਉਹਨਾਂ ਮੈਨੂੰ ਕਿਹਾ ਮੈਂ ਕਿਹਾ ਤੂੰ ਹੁਣ ਪੁੱਟਣ ਡਿਆ ਪਰ ਪੁਰਾਣੇ ਹੋ ਜਾਣਗੇ ਕੱਪਾਂ ਤੱਕ ਪਹੁੰਚਦਿਆਂ ਪਹੁੰਚਦਿਆਂ, ਕਿਆ ਉਹ ਬਾਕੀ ਕਬੂਤਰਾਂ ਦੇ ਪਰ ਪੁਰਾਣੇ ਹੋ ਜਾਂਦੇ ਨੇ 3 ਮਹੀਨਿਆਂ 'ਚ ਉਹਦੇ ਵਿੱਚ? ਠੀਕ ਹੈ, ਇੱਥੇ ਮੈਂ ਕਿਹਾ ਸਿਗਨਲ ਦਾ ਮਸਲਾ ਆ ਰਿਹਾ, ਨੈੱਟ ਬੰਦ ਹੁੰਦਾ ਫਿਰ ਚੱਲਦਾ, ਚਲੋ ਚੱਲਦਾ ਤਾਂ ਆਈਏ ਪਿਆ ਪਰ ਅੰਮ੍ਰਿਤਸਰੀ ਗੇਮ ਤੇ ਲਾਹੌਰੀ ਗੇਮ, ਅੰਮ੍ਰਿਤਸਰੀ ਗੇਮ ਤੇ ਤਕਰੀਬਨ ਖਤਮ ਹੋ ਗਈ ਹੈ ਜੀ। ਉਹ ਕੀ ਸੀ? ਭੱਟੀ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਨਾ, ਜਿਸਲੇ ਪਾਕਿਸਤਾਨ ਦੇ ਵਿੱਚ ਪਾਰਟੀਸ਼ਨ ਹੋਈ ਹੈ ਤੇ ਲੋਕ ਉਧਰੋਂ ਮਹਾਜਰ ਹੋ ਗਏ ਤੇ ਆਏ,
ਅੰਮ੍ਰਿਤਸਰ ਵਾਲੇ ਜਿਹੜੇ ਸਨ ਉਹ ਹੈਗੇ ਸਨ ਬੁਰਦਬਾਜ਼ੀ ਉਡਾਉਣ ਵਾਲੇ ਇਟਸ ਮੀਨ ਜਿਹੜੇ ਕਬੂਤਰ ਉੱਡੇ ਜਿਹੜਾ ਜਿੱਦੇ ਉਹ ਚੂਲ ਲੈ ਅੱਛਾ ਅੱਛਾ ਜਾਂ ਕਿ ਜਿਹਦੇ ਐਂਡ ਕਰ ਰੱਖਾ ਇੱਥੋਂ ਤੱਕ ਵੀ ਹੁੰਦਾ ਸੀ ਕਿ ਤੂੰ ਮੇਰੀ ਤੁਹਾਡੀ ਬਾਜ਼ੀ ਲੱਗੀ ਹੈ ਨਾ ਤੇ ਖੁੱਡਾ ਪੁੱਟੀ ਬਈ ਜੀ ਉਹਦਾ ਕੀ ਮਤਲਬ ਭਾਈ ਮੈਂ ਜਿੱਤਾਂਗਾ ਤੇ ਤੇਰੇ ਮੈਂ ਖੁੱਡੇ ਸਮੇਤ ਜਿੰਨੇ ਆਂਡੇ ਉਂਡੇ ਬੱਚੇ ਬੁੱਚੇ ਸਭ ਲੈ ਆਵਾਂਗਾ ਉਹ ਜਿੱਤੇਗਾ ਤੇ ਮੇਰੇ ਲੈ ਯਾਨੀ ਕਿ ਸਾਡੇ ਸਿਆਲਕੋਟ ਦੀ ਜ਼ਬਾਨ ਤੁਹਾਡੀ ਤਾਂ ਅੰਮ੍ਰਿਤਸਰ ਹੀ ਆ ਗਈ ਤੇ ਸਾਡੇ ਸਿਆਲਕੋਟ ਦੀ ਜ਼ਬਾਨ ਕੋਈ ਖੁੱਡਾ ਖੁੱਡਾ ਲੱਗਾ ਜੀ ਖੁੱਡਾ ਖੁੱਡਾ ਲੱਗਾ ਜੀ ਖੁੱਡਾ ਜੋ ਵੀ ਆ ਤੁਸੀਂ ਲੈ ਜਾਣ ਠੀਕ ਹੈ ਹੋ ਗਿਆ ਰੂਲ ਵੀ ਚੇਂਜ ਹੁੰਦੇ ਸਨ ਉਹਦੇ ਰੂਲ ਚੇਂਜ ਉਹਦੇ ਕੀ ਉਹਦਾ ਇਹ ਹੁੰਦਾ ਸੀ ਜੀ ਉਹਦੇ ਜੀ ਪੰਜ ਕਬੂਤਰ ਉੱਡਦੇ ਇੱਕ ਮਿੰਟ ਦੀ ਝੰਡੀ ਚਾਰ ਮਿੰਟ ਦਾ ਬਾਅਦ ਜਿੰਨਾ ਤੁਸੀਂ ਕਬੂਤਰ ਚੱਟਨੇ ਬਾਅਦ ਚੜ ਦਿਓ ਠੀਕ ਹੈ ਲੇਕਿਨ ਬੰਨ ਕੇ ਨਹੀਂ ਸੀ ਛੱਡਦੇ ਖੁੱਲੇ ਛੱਡਦੇ ਖੁੱਲੇ ਛੱਡਨੇ ਹੁੰਦੇ ਸਨ ਤੇ ਕਿਆ ਉਹਨਾਂ ਜੀ ਉੱਡ ਵੀ ਜਾਂਦੇ ਸਨ ਉਹਦਾ ਕੀ ਹੁੰਦਾ ਸੀ ਕੁਛ ਕੋਈ ਉੱਡ ਗਿਆ ਤਾਂ ਉੱਡ ਗਿਆ ਠੀਕ ਹੈ ਆਪ ਨਹੀਂ ਉਡਾ ਸਕਦੇ ਉੱਡਦੇ ਠੀਕ ਹੈ ਤੁਹਾਨੂੰ ਕਿੰਨਾ ਅਰਸਾ ਹੋ ਗਿਆ ਸ਼ੌਕ ਚ ਮੈਂ ਸ਼ੌਕ ਤੇ ਬੜੇ ਅਰਸੇ ਤੋਂ ਕਰਨਾ ਬਚਪਨ ਤੋਂ ਯਾਨੀ ਕਿ ਫਿਰ ਤੁਸੀਂ ਅੰਮ੍ਰਿਤਸਰੀ ਸ਼ੌਕ ਦੇਖਿਆ ਹੋਣਾ ਤੁਸੀਂ ਦੇਖਿਆ ਹੋਣਾ ਸਹੀ ਹੈ ਮਾਸ਼ਾਅੱਲਾ ਤੁਹਾਡੀ ਉਮਰ ਵੀ ਤੇ ਆ ਤੇ ਨੀਰ ਸਾਹਿਬ ਤੇ ਤੁਹਾਡੇ ਤੋਂ ਛੋਟੇ ਨੇ ਕਿੰਨੇ ਢੇਰ ਤਨੀਰ ਸਾਹਿਬ ਦੇ ਮਿਆਨਾ ਰਵੀਏ ਤੋਂ ਮੰਨ ਗਏ ਨੇ ਕਿ ਕਬੂਤਰ ਉੱਡਿਆ ਹੋਇਆ ਸੀ ਤੇ ਸ਼ਾਮੀ ਕਬੂਤਰ ਬਹਿੰਦਾ ਪਿਆ ਸੀ ਸੱਚੀ ਗੱਲ ਜੇ ਤੇ ਮੁਨਸਫ ਨੇ ਥੱਲੇ ਜਿੱਥੇ ਖਲੋਤੇ ਸਾ ਨਾ ਉਹਨੇ ਥੱਲੇ ਵੀ ਬੱਤੀ ਨਹੀਂ ਸੀ ਬਾਲਣ ਦਿੱਤੀ ਉੱਤੇ ਖੁੱਡਿਆਂ ਦੀ ਬੱਤੀ ਤਾਂ ਬੜੀ ਦੂਰ ਦੀ ਗੱਲ ਜਿੱਥੇ ਥੱਲੇ ਸੀ ਖਲੋ ਕੇ ਕਬੂਤਰ ਦਹਾਨੇ ਪਏ ਸਾ ਤੇ ਮੁਨਸਫ ਮਾਲਕ ਹੁੰਦਾ ਸੀ ਛੱਤ ਦਾ ਉਹਨੇ ਕਿਹਾ ਤੁਸੀਂ ਥੱਲੇ ਵੀ ਬੱਤੀ ਨਹੀਂ ਜੇ ਬਾਲਣੀ ਤੇ ਕਬੂਤਰ ਹਨੇਰੇ 'ਚ ਹੀ ਬੈਠਿਆ ਸੀ ਬਗੈਰ ਕਿਸੇ ਚੀਜ਼ ਇਹ ਅੰਮ੍ਰਿਤਸਰੀ ਗੇਮ ਇਹ ਹੁੰਦੀ ਸੀ ਅੱਜ ਕੱਲ੍ਹ ਦੀ ਇਹ ਲੋਹੜੀ ਗੇਮ ਨਹੀਂ ਸੀ ਹੁੰਦੀ ਟੋਟਲੀ ਡਿਫਰੈਂਟ ਹੈਗੀ ਤੁਹਾਡੇ ਖਿਆਲ ਨਾਲ ਅੰਮ੍ਰਿਤਸਰੀ ਸਹੀ ਸੀ ਗੇਮ ਜਾਂ ਹੁਣ ਜਿਹੜੀ ਲੋਹੜੀ ਨੂੰ ਹੁੰਦੇ ਹੋ ਬਹੁਤ ਔਖੀ ਗੇਮ ਹੈਗੀ ਸੀ ਹੁਣ ਜਿਹੜੀ ਆਸਾਨ ਹੈ ਲੋਹੜੀ ਗੇਮ ਆਸਾਨ ਹੈਗੀ ਜਿਹੜੀ ਗੱਲ ਹਕੀਕਤ ਜ਼ਿਆਦਾ ਸਾਡੇ ਨਾ ਮਫਰੂਜ਼ੇ ਜ਼ਿਆਦਾ ਕਾਇਮ ਕੀਤੇ ਜਾਂਦੇ ਨੇ ਮੈਂ ਜਿਹੜਾ ਅੱਜ ਸਭ ਕੋਈ ਗੱਲ ਸੁਣਾਂਗਾ ਨਾ ਤੁਹਾਨੂੰ ਛੋਟੀ ਜਿਹੀ ਮਿੱਥ ਮੈਂ ਦੱਸ ਦਿੰਦਾ ਵਾਂ ਕਿ ਸਾਡੇ 'ਚ ਕੀ ਪਾਇਆ ਜਾਂਦਾ ਹੁਣ ਮੇਰੇ ਕੋਲ ਕਬੂਤਰ ਹੈ ਨਾ ਫੋਰ ਐਗਜ਼ਾਮਪਲ ਅਲੀ ਵਾਲਿਆਂ ਦਾ ਦਿੰਦਾ ਤੁਹਾਨੂੰ ਜਿਹੜਾ ਮੇਨ ਉੱਥੇ ਹੀ ਆ ਜਾਂਦੇ ਹਾਂ ਅਲੀ ਵਾਲਿਆਂ ਦੇ ਕੰਨ ਚਿੱਟੇ ਨਹੀਂ ਹੁੰਦੇ ਕਿਸੇ ਦਾ ਕੋਈ ਥੋੜ੍ਹਾ ਜਿਹਾ ਕੋਈ ਤਿਮਕਣਾ ਆ ਗਿਆ ਨਾ ਤਾਂ ਉਹਨੇ ਤਾਰੀਫ਼ ਕੀਤੀ ਆਪਣੇ ਕਬੂਤਰ ਦੀ ਉਹਨੇ ਕਿਹਾ ਯਾਰ ਸੋਹਣੇ ਕੰਨ ਚਿੱਟੇ ਫੁੱਲ ਹੁੰਦੇ ਨੇ ਹੁਣ ਮੈਂ ਸੁਣਿਆ ਮੈਂ ਤਾਂ ਪੱਕਾ ਹੋ ਗਿਆ ਕਿ ਚਿੱਟੇ ਸੋਹਣੇ ਫੁੱਲ ਕੱਲ ਹੁੰਦੇ ਨੇ ਹੁਣ ਕੋਈ ਬਟੇਰਾ ਵੀ ਨਿਕਲਦਾ ਤਾਂ ਅਸੀਂ ਪੱਕੇ ਹੋ ਜਾਂਦੇ ਹਾਂ ਅਲੀ ਵਾਲਾ ਸੁਣ ਸੁਣਾਈ ਅਸੀਂ ਜ਼ਿਆਦਾ ਚੱਲਦੇ ਹਾਂ ਪ੍ਰੈਕਟੀਕਲ 'ਤੇ ਜਾਂ ਕਿਸੇ ਸੀਨੀਅਰ ਦੀ ਅਸੀਂ ਰਹਿਨਮਾਈ ਲੈਣ ਦੀ ਕੋਸ਼ਿਸ਼ ਨਹੀਂ ਕਰਦੇ ਅਸੀਂ ਸੀਨੀਅਰ ਤੋਂ ਅੱਗੇ ਜ਼ਿਆਦਾ ਸੀਨੀਅਰ ਹੁੰਦੇ ਹਾਂ ਅਸੀਂ ਕਹਿੰਦੇ ਹਾਂ ਸੀਨੀਅਰ ਹੋ ਯਾਰ ਬੁੱਢਾ ਬੰਦਾ ਇਹਦਾ ਦਿਮਾਗ ਵੀ ਨਹੀਂ ਕੰਮ ਕਰਨਾ ਮੈਂ ਤਾਂ ਬਹੁਤਾ ਸਿਆਣਾ ਵਾਂ ਆਹ ਮੈਂ ਤਾਂ ਅੱਜ ਕੱਲ੍ਹ ਦੀ ਗੱਲ ਮੈਂ ਪਹਿਲਾਂ ਮੈਂ ਹੁੰਦੀ ਹੁਣ ਦੀ ਗੱਲ ਕਰਦਾ ਪਰ ਹੁੰਦੀ ਬਿਲਕੁਲ ਬਿਲਕੁਲ ਅਕਲਮੰਦ ਵਾਸਤੇ ਮੇਰੇ ਨਾਲ ਦੇ ਬੇਵਕੂਫ ਗੱਲ ਹੈ ਕੁਛ ਸੀਨੀਅਰਾਂ ਕੋਲ ਪੁੱਛਾਂਗੇ ਤੂੰ ਸਾਨੂੰ ਦੱਸਣਗੇ ਅੱਲਾ ਜਨਮ ਸੀ ਕਰੇ ਜਿਹਨਾਂ ਕੋਲ ਮੈਂ ਸਿੱਖਿਆ ਸੀ ਜਿਹਨਾਂ ਕੋਲ ਮੈਂ ਸਿੱਖਿਆ ਸੀ ਅਤੇ ਮੈਂ ਨਾ ਕਿਹਾ ਮੈਂ ਕਿਹਾ ਉਸਤਾਦ ਜੀ ਮੈਂ ਤੁਹਾਨੂੰ ਜਿਹੜੀ ਚੀਜ਼ ਪੁੱਛਣਾ ਤੁਸੀਂ ਦੱਸ ਦਿੰਦੇ ਹੋ ਮੈਨੂੰ ਤੂੰ ਕੁਛ ਬਚਾਉਂਦੇ ਵੀ ਹੋ ਮੈਂ ਕਿਹਾ ਯਾਰ ਮੈਂ ਕਵਰ 'ਚ ਲੈ ਕੇ ਜਾਣੀ ਹੈ ਮੈਨੂੰ ਕੋਈ ਪੁੱਛੇਗਾ ਤਾਂ ਮੈਂ ਦੱਸਾਂਗਾ ਨਾ ਕਿ ਮੈਂ ਘਰ ਜਾ ਕੇ ਘੋਲ ਕੇ ਦੇ ਕੇ ਆਉਣੀ ਹੈ ਪੁੱਛਾਂਗੇ ਸਾਨੂੰ ਆਪਣੇ ਸ਼ਹੀਦਾਂ ਨੂੰ ਦੋਸਤਾਂ ਨੂੰ ਸ਼ੇਅਰ ਕਰ ਦਿਓ
ਡਿਵੈਲਪ ਕਰਦੇ ਸਨ ਅੱਗੋਂ ਦੱਸਦੇ ਸਨ ਲਾਜ਼ਮ ਹੁਣ ਤੁਹਾਨੂੰ ਮੈਂ ਛੋਟੀ ਜਿਹੀ ਹੋਰ ਮਜ਼ੀ ਗੱਲ ਦੱਸਦਾ ਮੇਰੇ ਬੜੇ ਪਿਆਰ ਵਾਲੇ ਸਨ ਅੱਲਾ ਦੇ ਨਸੀਬ ਕਰੇ ਫੌਤ ਹੋ ਗਏ ਨੇ ਉਹਨਾਂ ਦਾ ਨੁਸਖਾ ਵੀ ਬੜਾ ਸੀ ਸੂਫ ਸਾਖ ਦਾ ਬੜਾ ਉਹਨਾਂ ਦਾ ਨੁਸਖਾ ਸੀ ਆਖਰੀ ਬਾਜ਼ੀ ਉਹਨਾਂ ਦੀ ਜੇਠ ਦੀ ਵੀ ਮੈਂ ਬੜੀ ਸੋਹਣੀ ਵੇਖੀ ਇੱਕ ਉਹਨਾਂ ਦਾ ਸ਼ਗਿਰਦ ਹੁੰਦਾ ਸੀ ਮਸਜਿਦ ਦਾ ਮੌਲਵੀ ਸੀ ਨਾਂ ਨਹੀਂ ਮੈਂ ਲੈਣਾ ਉਹਨਾਂ ਨੂੰ ਹਾਰਟ ਅਟੈਕ ਆਇਆ ਜਿਹੜੇ ਉਸਤਾਦ ਹੋਰੀ ਸਨ ਮੈਂ ਉਹਨਾਂ ਦੇ ਨਾਲ ਸਭ ਪਿਆਰ ਮੁਹੱਬਤ ਸੀ ਸਾਰਾ ਕੁਛ ਮੈਂ ਕਰਨਾ ਉਹ ਥੋੜ੍ਹੇ ਜਿਹੇ ਸਿਹਤਮੰਦ ਹੋਏ ਆਪਣੀ ਦੁਕਾਨ 'ਤੇ ਵਾਪਸ ਆਏ ਅਤੇ ਆਫਿਸ ਸਾਹਿਬ ਆਏ ਉਸਤਾਦ ਜੀ ਕੀ ਹਾਲ ਜੇ ਉਸਤਾਦ ਜੀ ਜ਼ਿੰਦਗੀ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੇ ਟਾਈਮ ਬੰਦਾ ਲਾਈਏ ਅਤੇ ਜਾਂ ਨੁਸਖਾ ਹੈ ਜੀ ਮੈਨੂੰ ਦੇ ਦਿਓ ਡਾਇਰੈਕਟ ਕਹਿ ਰਿਹਾ ਕਿ ਉਸਤਾਦ ਜੀ ਤੁਹਾਡਾ ਕੀ ਪਤਾ ਤੁਸੀਂ ਮਰ ਜਾਣਾ ਮੈਨੂੰ ਨੁਸਖਾ ਦੇ ਦਿਓ ਹੁਣ ਉਸਤਾਦ ਜੀ ਆਪਣੇ ਸ਼ਗੀਰ ਦਾ ਮੂੰਹ ਪਿਆ ਮੈਨੂੰ ਕਹਿੰਦਾ ਪਿਆ ਕੀ ਹੈ ਉਹ ਤੁਰ ਗਿਆ ਮੈਨੂੰ ਕਹਿਣ ਲੱਗੇ ਅੱਲਾ ਜੀ ਨਸੀਬ ਕਹਿੰਦੇ ਅਲੀ ਇਹਦਾ ਦਿਮਾਗ ਦਾ ਹਿਸਾਬ ਨਹੀਂ ਲਾਇਆ ਮੈਨੂੰ ਪਿਆਉਂਦਾ ਕਿ ਮੈਂ ਆਪਣੀ ਜ਼ਿੰਦਗੀ 'ਚ ਹੱਥ ਵੱਢ ਕੇ ਇਹਨੂੰ ਫੜਾ ਦੇਵਾਂ ਅਤੇ ਇਹ ਗੱਲ ਨੂੰ ਮੇਰੇ ਸਿਰ 'ਤੇ ਬੈਠਾ ਹੋਏ ਅੱਲਾ ਦੀ ਕਰਨੀ ਦੇਖੋ ਨਾ ਵਕਤ ਦਾ ਨਹੀਂ ਪਤਾ ਹੁੰਦਾ ਕੋਈ ਪਤਾ ਨਹੀਂ ਹੁੰਦਾ ਅੱਜ ਅੱਲਾ ਜੀ ਨਸੀਬ ਕਰੋ ਉਸਤਾਦ ਵੀ ਫੌਤ ਹੋਏ ਨੇ ਚਾਰ ਕੁ ਪੰਜ ਮਹੀਨੇ ਬਾਅਦ ਹਫ਼ ਸਾਹਿਬ ਵੀ ਫੌਤ ਹੋ ਗਏ ਰੋਡ ਐਕਸੀਡੈਂਟ 'ਚ ਮਾਰੇ ਗਏ ਜੇ ਤੁਸੀਂ ਨੁਸਖਾ ਲਿਆਂਦਾ ਤੁਹਾਡੇ ਵੀ ਕਿਹੜੇ ਕੰਮ ਆਇਆ ਇਹ ਸਭ ਭੇਦ ਅੱਲਾ ਨੂੰ ਪਤਾ ਉਸਤਾਦ ਦੀ ਖਿਦਮਤ ਕਰੋ ਮੌਕੇ ਸਿਰ ਆਪ ਹੀ ਤੁਹਾਨੂੰ ਲੱਭ ਜਾਣਾ ਉਸਤਾਦ ਨਾਮ ਹੀ ਚਾਹ ਕੇ ਤੇ ਤੁਹਾਨੂੰ ਮਿਲ ਜਾਣਾ ਜੀ ਜਿਹੜੇ ਦੋਸਤ ਸਨ ਨਾ ਛੁਪਾਉਂਦੇ ਸਨ ਸਮਝ ਗਿਆ ਚਾਰ ਚੀਜ਼ਾਂ ਬਿਲਕੁਲ ਸਹੀ ਇਹ ਜਿਸ ਤਰ੍ਹਾਂ ਛੁਪਾ ਰਹੇ ਮੈਂ ਸਮਝ ਗਿਆ ਚਾਰ ਚੀਜ਼ਾਂ ਛੁਪਾਉਂਦੇ ਸਨ ਤੇ ਭਾਈ ਗੋਨੇ ਨਿਕਲੇ ਬਿਲਕੁਲ ਤੇ ਕਿਹਾ ਤੇਰੇ ਨਾਲ ਰੱਬ ਨੇ ਦਿਮਾਗ ਨੀ ਲਾਇਆ ਠੀਕ ਹੈ ਕਿਉਂਕਿ ਕਬੂਤਰਬਾਜ਼ਾਂ ਕੋਲ ਬਹਿੰਦੇ ਸਾਂ ਤੇ ਸ਼ੁਰੂ ਦੇ ਡੇਰੇ ਦੀ ਇੱਕ ਮੇਰੀ ਆਦਤ ਕਹਿ ਲਓ ਜਾਂ ਜੋ ਵੀ ਕਹਿ ਲਓ ਵੱਡਿਆਂ ਦੀ ਤਰਬੀਅਤ ਕਹਿ ਲਓ ਕਿ ਆਪਣਾ ਡੇਰਾ ਬਣਾ ਕੇ ਤੇ ਸਾਰੇ ਦੋਸਤਾਂ ਨੇ ਆ ਕੇ ਬਹਿਣਾ ਤੇ ਜੇ ਥੋੜ੍ਹਾ ਜਿਹਾ ਵੀ ਬੰਦਾ ਜ਼ਹਿਨ ਹੋਵੇ ਨਾ ਤੁਹਾਡੇ ਮੂੰਹ ਦੇ ਵਿੱਚੋਂ ਕੋਈ ਨਾ ਕੋਈ ਐਸੀ ਬਾਤ ਨਿਕਲੇਗੀ ਜਿਹੜੀ ਸ਼ੌਕ ਨਾਲ ਮੁਨਸਲਿਕ ਹੋਏ ਅਗਰ ਤੁਸੀਂ ਅਕਲਮੰਦ ਹੋ ਤਾਂ ਉਹਨੂੰ ਪਿੱਕ ਕਰ ਲਓ ਸੁਣਾਓ ਮੈਂ ਕੀ ਕਹਿੰਦਾ ਤੁਹਾਡੇ ਮੂੰਹ ਨਿਕਲਦੀਆਂ ਗੱਲਾਂ ਕਿਸੇ ਕੋਲੋਂ ਪੁੱਛਣ ਦੀ ਕੋਈ ਜ਼ਰੂਰਤ ਨਹੀਂ ਬਿਲਕੁਲ ਹਾਂਜੀ ਤੁਸੀਂ ਪਿੱਕ ਕਰ ਲਓ ਤੁਹਾਡੇ ਵਾਸਤੇ ਖਜ਼ਾਨਾ ਜਮ੍ਹਾਂ ਹੋ ਜਾਂਦਾ ਬਿਲਕੁਲ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਗੱਲ ਮੈਂ ਅਸੀਂ ਤੇ ਕਬੂਤਰਬਾਜ਼ੀ ਇੰਜ ਨਹੀਂ ਮੈਂ ਤੁਹਾਡੀ ਗੱਲ ਬਿਲਕੁਲ ਬਜਾਏ ਕਿਉਂਕਿ ਮੈਂ ਮਾਰ ਕਰ ਮੇਰੇ ਮੂੰਹੋਂ ਕੋਈ ਨਾ ਕੋਈ ਗੱਲ ਨਿਕਲੇਗੀ ਇਧਰੋਂ ਨਿਕਲੇਗੀ ਇਧਰੋਂ ਨਿਕਲੇਗੀ ਮੈਂ ਅਗਰ ਸਮਝ ਰੱਖਣਾ ਸੋਚ ਰੱਖਣਾ ਮੇਰਾ ਕੰਮ ਹੈ ਆਪਣੇ ਮਤਲਬ ਦੀ ਚੀਜ਼ ਨੂੰ ਪਿੱਕ ਕਰ ਬਿਲਕੁਲ ਇੰਜ ਬਿਲਕੁਲ ਇਹਦਾ ਨਾਂ ਸੈਂਸ ਹੋਣੀ ਚਾਹੀਦੀ ਕਿ ਸਿੱਖ ਪੇ ਗੱਲ ਪਿੱਕ ਕਿਹੜੀ ਅਸਾਂ ਕਰਨੀ ਅੱਲਾ ਜਾਣਦਾ ਜੀ ਮੇਰੀ ਵੀ ਜ਼ਿੰਦਗੀ ਦਾ ਤਜਰਬਾ ਮੈਂ ਕਿਹੜਾ ਨੀ ਮੰਨਦਾ ਪਿਆ ਅਸੀਂ ਗਰੁੱਪ 'ਚ ਨੀ ਕਹਿੰਦੇ ਹੁੰਦੇ ਅਸੀਂ ਤਾਂ ਗਰੁੱਪ 'ਚ ਕਹਿੰਦੇ ਹੁੰਦੇ ਹਾਂ ਕਿ ਮੈਂ ਭਾਈ ਮਾਤ ਕੋਲੋਂ ਪਿੱਕ ਕਰ ਜਾਂਦਾ ਚੀਜ਼ ਕਿਉਂਕਿ ਟਿਪ ਕੋਈ ਨਾ ਕੋਈ ਦੱਸ ਛੱਡਦੇ ਨੇ ਭਾਵੇਂ ਆਪ ਹੀ ਦੱਸ ਦੇਣ ਤੇ ਭਾਵੇਂ ਇਹਨਾਂ ਦੇ ਮੂੰਹ ਨਿਕਲਦੀ ਹੈ ਟਿਪ ਨਿਕਲ ਆਉਂਦੀ ਇਹਨਾਂ ਦੇ ਨਿਕਲਦੀ ਹੈ ਮੇਰੇ ਮੂੰਹ ਚੋਂ ਕਈ ਗੱਲਾਂ ਐਸੀਆਂ ਨਿਕਲੀਆਂ ਹੋਣਗੀਆਂ ਤੁਸੀਂ ਲਾਜ਼ਮ ਮੈਂ ਪਿੱਕ ਕੀਤੀਆਂ ਨੇ ਮੈਂ ਤੁਹਾਡੇ ਕੋਲ ਪੁੱਛੀਆਂ ਨੇ ਤੁਸਾਂ ਦੱਸੀਆਂ ਨੇ ਮੈਂ ਵਿੱਚੋਂ ਪਿੱਕ ਕਰ ਲਈਆਂ ਨੇ ਜਿਹੜੀਆਂ ਚਾਹੀਦੀਆਂ ਨੇ ਮਤਲਬ ਜਿਹੜੇ ਅੱਜ ਕੱਲ੍ਹ ਦੇ ਸ਼ੌਕੀਨ ਨੇ ਨਾ ਉਹ ਕਹਿੰਦੇ ਨੇ ਸਾਨੂੰ ਇੱਕ ਰਾਹ ਵਿੱਚ ਘੋਲ ਕੇ ਪਿਆ ਦੇ ਉਹ ਨਹੀਂ ਹੁੰਦਾ ਐਸਾ ਹੀ ਹੁੰਦਾ ਮੇਰੇ ਨਾਲ ਮੈਨੂੰ ਕਈ ਆਉਂਦੇ ਨੇ ਮੈਸੇਜ ਕਿ ਮੇਰਾ ਭਰਿਆ ਹੁੰਦਾ ਵਟਸਐਪ ਜੀ ਉਸਤਾਦ ਜੀ ਕੋਈ ਨੁਸਖਾ ਦੱਸੋ ਕਬੂਤਰ ਡਾਉਣ ਵਾਲਾ ਪੁੱਤਰ ਕੋ ਕਬੂਤਰ ਹੈ ਨੇ ਉਹਨਾਂ ਦੀ ਟਾਈਮਿੰਗ ਕੀ ਹੈ ਉਹ ਕਿਸ ਤਰ੍ਹਾਂ ਦੇ ਉੱਡਦੇ ਨੇ ਉਹਨਾਂ ਦਾ ਆਉਣਾ ਕਹਿੰਦੇ ਜਾਣਾ ਤਾਂ ਕਹਿੰਦੇ ਉੱਤੇ ਕਿੰਨਾ ਖਲੋਂਦੇ ਨੇ ਉਹਨਾਂ ਦਾ ਲੰਮਾ ਆਉਣਾ ਹੈ ਗੋਲ ਹੈ ਉਹ ਕੋਈ ਵੀ ਨਹੀਂ ਨੁਸਖਾ ਦੱਸ ਦਿਓ ਨੁਸਖੇ ਦੇ ਪਿੱਛੇ ਦੌੜ ਲੱਗੀ ਦੀ ਦੁਨੀਆ ਦੀ ਸਮਝਦੀ ਚੀਜ਼ ਕੋਈ ਨਹੀਂ ਬਿਲਕੁਲ ਬਿਲਕੁਲ ਹਾਂਜੀ ਚੀਜ਼ਾਂ ਤੋਂ ਹੀ ਉਸਤਾਦ ਜੀ ਚੀਜ਼ਾਂ ਉਹੀ ਦੋ ਚਾਰ ਜਿਹੜੀਆਂ ਘੁੰਮਦੀਆਂ ਨੇ ਫਿਰ ਸਹੀ ਲਾਉਣ ਦਾ ਤਰੀਕਾ ਡਿਫਰੈਂਟ ਹੈ ਕੋਈ ਕਿਸੇ ਟਾਈਮ ਲਾ ਲੈਂਦਾ ਕੋਈ ਕਿਸੇ ਤਰੀਕੇ ਨਾਲ ਲਾ ਲੈਂਦਾ ਪਹਿਲਾਂ ਜੀ ਪਹਿਲਾਂ ਦੇਸੀ ਚੱਲਦੇ ਸਨ ਹੁਣ ਜਿਹੜਾ ਮੈਡੀਕਲ ਆ ਗਿਆ ਬਿਲਕੁਲ ਤੋਂ ਲੋਕੀ ਮੈਡੀਸਨ ਕਰਦੇ ਪਏ ਨੇ ਆ ਜਾ ਕੇ ਚੀਜ਼ਾਂ ਉਹੀ ਘੁੰਮਦੀਆਂ ਨੇ ਅੱਜ ਵੀ ਤਸਕਰਾ ਕੀਤਾ ਕਿ ਸਿਆਲਕੋਟ ਤੋਂ ਕੈਂਟੀਨ ਵੀ ਚੱਲ ਰਿਹਾ ਸੀ ਦੋ ਚਾਰ ਦਿਨ ਪਹਿਲੇ ਮੈਂ ਸੁਣਿਆ ਉਹ ਬਜ਼ੁਰਗਾਂ ਨੇ ਕਿਹਾ ਜੀ ਉਹਨਾਂ ਨੂੰ ਸਵਾਲ ਕੀਤਾ ਜੀ ਬੱਟੇ ਬਿਲੋਂਗ ਕਰਦੇ ਨੇ ਮੈਂ ਸੁਣਿਆ ਸਾਹਿਬ
ਅੱਜ ਗੱਲਾਂ ਕਰਨਾ ਜਿਹਨਾਂ ਦੇ ਮੂੰਹੋਂ ਗੱਲ ਨਿਕਲੀ ਸੀ ਮੈਂ ਫਿਰ ਕੀਤੀ ਕਿ ਸਿਆਲਕੋਟ ਦੇ ਵਿੱਚ ਬਟੇਰੇ ਦੇ ਕੰਨ ਚਿੱਟੇ ਹੁੰਦੇ ਨੇ ਅਲੀਆਂ ਦੇ ਕੰਨ ਚਿੱਟੇ ਨਹੀਂ ਹੁੰਦੇ ਜਿਹਨੇ ਪੁੱਛਣਾ ਸੀ ਤਾਂ ਅਸੀਂ ਕਲਪ ਕਲਪ ਪਾਗਲ ਹੋ ਗਿਆ ਅਗਲਿਆਂ ਪਤਾ ਕਿ ਅਗਲਿਆਂ ਦੀ ਲੋਕਾਂ ਦੀ ਛੇੜ ਬਣ ਗਈ ਦੀ ਹੈ ਲੋ ਜੀ ਅਸੀਂ ਬਟੇਰੇ ਦਾ ਨਾਂ ਲੈਂਦੇ ਲੋਕੀ ਟੱਪ ਬੰਦੇ ਲੋ ਜੀ ਖਲੀਫਾ ਦੀ ਖਤਾਈਆਂ ਆਈਆਂ ਨੇ ਜੀ ਮਜ਼ਬੂਤ ਕੀਤਾ ਕਸੂਰ ਜਿਵੇਂ ਮਜ਼ਬੂਤ ਕੀਤਾ ਨਿਕਲੇ ਕਿਉਂ ਨਾ ਤੁਹਾਨੂੰ ਚੇੜ ਕਿਉਂ ਆਉਂਦੀ ਹੈ ਕੀ ਕਹਿੰਦੇ ਹੋ ਅਲੀ ਵਾਲੇ ਦੀ ਕੀ ਪਹਿਚਾਣ ਹੈ ਤੇ ਪਹਿਲੇ ਅਲੀ ਵਾਲੇ ਦੀ ਪਹਿਚਾਣ ਦੱਸੋ ਅਗਲੀ ਵਾਰੀ ਮੈਂ ਅਕਸਰ ਆਪਣੀ ਵੀਡੀਓ 'ਚ ਵੀ ਦੱਸਿਆ ਕਿ ਅਲੀ ਵਾਲੇ ਦੀ ਬੇਸ ਕੀ ਸੀ ਤੇ ਕਿੰਜ ਉਹ ਬਣੇ ਉਹ ਲੰਮੀ ਇੱਕ ਸਟੋਰੀ ਹੈ ਨਹੀਂ ਉਹਨਾਂ ਦੇ ਕੀ ਪਿਆ ਕੰਨ ਚਿੱਟੇ ਆਉਂਦੇ ਕਿਤੇ ਨੇ ਨਹੀਂ ਕੰਨ ਚਿੱਟੇ ਸਿਰ ਬਟੇਰੇ ਦੇ ਆਣ ਅੱਛਾ ਬਟੇਰੇ ਦੇ ਕੰਨ ਚਿੱਟੇ ਆਣਗੇ ਮੱਥਾ ਬੱਲਾ ਹੋਏਗਾ ਮੱਥਾ ਬੱਲਾ ਹੋਏਗਾ ਠੋਡੀ ਬੱਲੀ ਹੋਏਗੀ ਬਟੇਰੇ ਦੇ ਇਲਾਵਾ ਪਾਕਿਸਤਾਨ ਦੀ ਕੋਈ ਐਸੀ ਬਰੀਡ ਨਹੀਂ ਜਿਹਦਾ ਕੰਨ ਨੱਕ ਮੱਥਾ ਚਿੱਟਾ ਨਿਕਲੇ ਪੱਕੀ 100% ਗੱਲ ਤੇ ਜਿਹੜਾ ਮਿਰਕੋ ਅਲੀ ਵਾਲਾ ਪੱਠਾ 80% ਨਹੀਂ ਜੀ ਤੁਹਾਨੂੰ ਮੈਂ ਦੱਸਿਆ ਕੋਈ ਜੀ ਬਟੇਰਾ ਸ਼ਾਮਲ ਤੁਹਾਨੂੰ ਮੈਂ ਦੱਸਿਆ ਉਹਦੀ ਬਟੇਰੀ ਦੱਸੀਏ ਇਹਨਾਂ ਨੂੰ ਇੱਕ ਮੈਂ ਚੀਨਾ ਕਬੂਤਰ ਤੁਸੀਂ ਕੱਢ ਕੇ ਆਂਦੇ ਤੇ ਮੈਨੂੰ ਵਿਖਾਇਆ ਮੈਂ ਇਹਨਾਂ ਨੂੰ ਕਿਹਾ ਬਟੇਰਾ ਤੁਸੀਂ ਕਿਸੇ ਨੂੰ ਵੀ ਕਹੋ ਕਹੇਗਾ ਨਹੀਂ ਬਟੇਰਾ ਇਹਨਾਂ ਕਿਹਾ ਮੇਰਾ ਪਹਿਲਾਂ ਮੈਂ ਡਾਊਟ 'ਚ ਪਏ ਨੇ ਫਿਰ ਇਹਨਾਂ ਨੂੰ ਮੈਂ ਆਪਣੇ ਘਰ ਦੇ ਬਟੇਰੇ ਦੀ ਕੱਢ ਕੇ ਫੋਟੋ ਵਿਖਾਈ ਮੈਂ ਕਿਹਾ ਵੇਖੋ ਮੇਰੇ ਘਰ ਦਾ ਬਟੇਰਾ ਮੈਨੂੰ ਤੇ ਤੁਸੀਂ ਦੱਸਿਆ ਨਹੀਂ ਕਿੰਨੇ ਪਰਸੈਂਟ ਹੋ ਕਿੰਨੇ ਪਰਸੈਂਟ 100% ਅੱਛਾ ਇਹ ਦੋ ਤਿੰਨ ਇੱਕ ਜਿਹੜੇ ਮੈਂ ਤੁਹਾਨੂੰ ਦਿਖਾਇਆ ਤੁਹਾਨੂੰ ਦੱਸਿਆ ਸੀ ਤੁਸੀਂ ਮਗਰ ਬੈਠੋ ਤੁਹਾਨੂੰ ਕੁਛ ਲੱਭਾ ਤੁਹਾਡਾ ਪਤਾ ਕੋਈ ਨਹੀਂ ਤੁਸੀਂ ਮਗਰੋਂ ਪਰਾਂ ਨਿਕਲ ਜਾਂਦੇ ਕੈਮਰੇ ਧਿਆਨ ਮਾਰੋ ਜੀ ਇਹਨਾਂ ਦੇ ਇਹਨਾਂ ਨੂੰ ਡੱਬਾ ਪੂਰਾ ਦਿਓ ਜੀ ਮੋਟੀ ਮੁਰਗੀ ਫਸ ਕੰਡਾ ਦਿੰਦੀ ਹੈ ਆਪਣੇ ਆਪ ਨੂੰ ਮੋਟੀ ਮੁਰਗੀ ਕਹਿੰਦੇ ਜੀ ਲਾਈਵ ਚੱਲ ਰਿਹਾ ਤੁਸੀਂ ਆਪ ਹੀ ਬੋਲੇ ਤੁਸੀਂ ਆਪ ਹੀ ਬੋਲੇ ਹੋ ਹਾਂਜੀ ਸਰ ਤੁਹਾਨੂੰ ਆਪਣੀ ਲਾਈਫ 'ਚ ਨਹੀਂ ਨਹੀਂ ਮੈਂ ਖਾ ਰਿਹਾ ਮੈਂ ਸਾਹਮਣੇ ਸਭ ਦੇ ਬੈਠਾ ਤੁਹਾਨੂੰ ਆਪਣੀ ਲਾਈਫ 'ਚ ਸਭ ਤੋਂ ਜ਼ਿਆਦਾ ਕਿਹੜੀ ਬਰੀਡ ਉਡਾਉਣ ਦਾ ਮਜ਼ਾ ਆਇਆ ਦੋ ਮੀਨ ਕੋਈ ਇੱਕ ਨਸਲ ਸ਼ਹਿਰਾਂ ਦਾ ਨਹੀਂ ਮੈਂ ਕਹਿੰਦਾ ਕਿ ਲਾਹੌਰੀ ਕਸੂਰੀ ਨਹੀਂ ਜਾਂ ਸਿਆਲਕੋਟੀ ਨਹੀਂ ਮੋਤੀਆਂ ਦੇ ਦੋ ਟਾਈਪ ਨਹੀਂ ਮੈਂ ਕਹਿੰਦਾ ਮੋਤੀਆਂ ਦੇ ਦੋ ਟਾਈਪ ਨੇ ਇੱਕ ਦਿਓਬੰਦ ਮੋਤੀ ਨੇ ਇੱਕ ਕੁਲਸੀਰੇ ਸਬਜ਼ ਮੋਤੀ ਕਿਹੜਿਆਂ ਦਾ ਮਜ਼ਾ ਹੈ ਦਿਓਬੰਦ ਮੋਤੀ ਜਿਹੜੇ ਨੇ ਅਕਸਰ ਸੀਰੀਆ 'ਚ ਸਾਡੇ ਤੁਹਾਡੇ ਇੱਥੇ ਉਹਨਾਂ ਨੂੰ ਦੀਵਾਨ ਸਾਹਿਬ ਵਾਲੀ ਵੀ ਕਿਹਾ ਜਾਂਦਾ ਤੋਂ ਸਿਰ ਤੋਂ ਚਿੱਟੇ ਹੁੰਦੇ ਨੇ ਥੱਲੇ ਆਉਂਦਾ ਗਾੜੇ ਹੋਈ ਜਾਂਦੇ ਉਹਨਾਂ ਨੂੰ ਅਸੀਂ ਦਿਓਬੰਦ ਮੋਤੀ ਕਹਿੰਦੇ ਹਾਂ ਮੋਤੀਆਂ ਲਈ ਯਾਨੀ ਕਿ ਉਹੀ ਜਿਹੜੇ ਉੱਤੋਂ ਫਿੱਕੇ ਹੁੰਦੇ ਥੋੜ੍ਹਾ ਗਾੜੇ ਹੋ ਜਾਂਦੇ ਨੇ ਇੱਕ ਸਬਜ਼ ਹੁੰਦੇ ਨੇ ਉੱਤੋਂ ਫਿੱਕੇ ਥੋੜ੍ਹਾ ਗਾੜੇ ਸਬਜ਼ ਹੋ ਜਾਂਦੇ ਨੇ ਠੀਕ ਹੈ ਜੀ ਅੱਛਾ ਮੇਰਾ ਦੋਸਤ ਹੈਗਾ ਸੀ ਰਾਵਸਰਾਬਰੀ ਉਗਾੜੇ ਦਾ ਜੀ ਉਹਦੇ ਕੋਲ ਪੰਜ ਨਸਲਾਂ ਸਨ ਔਰ ਉਹਨੇ ਪੰਜ ਅਲੱਗ ਅਲੱਗ ਗੋਡਿਆਂ 'ਚ ਰੱਖੇ ਠੀਕ ਉਹਦੇ ਕੋਲ ਗਲਬੇ ਕਬੂਤਰ ਸਨ ਲਾਕੇ ਠੀਕ ਹੋ ਗਿਆ ਦੂਜੀ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਸੁਣਾ ਰਿਹਾ ਹਾਂ ਉਹਦੇ ਕੋਲ ਸ਼ਾਹਜਹਾਨਪੁਰੀ ਹਰੇ ਸਨ ਉਹਦੇ ਕੋਲ ਸਫੈਦ ਕਾਲੀ ਨੋਕ ਦੇ ਕਾਲੀ ਦੁੰਗ ਦੇ ਇਸ ਨਾਲ ਕੋਈ ਤਿੰਨ ਚਾਰ ਦੱਸਣਾ ਠੀਕ ਹੈ
ਉਹਦੇ ਮਤਲਬ ਮਸ਼ਹੂਰ ਸੀ ਕਿ ਕਿਸੇ ਨੂੰ ਕਬੂਤਰ ਨਹੀਂ ਦਿਖਾਉਂਦਾ। ਮੇਰਾ ਇੱਕ ਦੋਸਤ ਸੀ, ਮੈਂ ਉਹਦੇ ਕੋਲ ਬੈਠਾ ਹੋਇਆ ਸੀ ਤਾਂ ਉਹਨੇ ਦੂਰੋਂ ਦੇਖ ਕੇ ਉਹਨੂੰ ਆਉਂਦੇ ਹਾਂ, ਉਹਨੇ ਕਿਹਾ ਜੀ ਉਹ ਰਾਤ ਸ਼ਰਾਬ ਸਾਹਿਬ ਆ ਰਹੇ ਨੇ ਅਤੇ ਆਪਣੇ ਜਾਨਵਰ ਕਿਸੇ ਨਹੀਂ ਦਿਖਾਉਂਦੇ। ਮੈਂ ਕਿਹਾ ਨਾ ਸਿਰਫ ਜਾਨਵਰ ਦਿਖਾਏਗਾ ਬਲਕਿ ਮੇਰੇ ਮਗਰ ਲਾਹੌਰ ਆਏਗਾ। ਕਹਿੰਦਾ ਕੀ ਮਤਲਬ? ਮੈਂ ਕਿਹਾ ਹੁਣ ਦੇਖ। ਥੋੜ੍ਹੀ ਕੁ ਦੇਰ ਹੋਈ, ਉਹ ਆ ਕੇ ਬਹਿ ਗਿਆ ਸਾਡੇ ਕੋਲ, ਗੱਲਾਂ ਬਾਤਾਂ ਹੋਣੀਆਂ ਸ਼ੁਰੂ ਕਰਤੀਆਂ। ਮੈਂ ਉਹਨੂੰ ਇੱਕ ਪੈਰ ਮਾਰਿਆ, ਮੈਂ ਕਿਹਾ ਮੈਂ ਨਹੀਂ ਮੰਨਦਾ ਪੁਰਾਣੀਆਂ ਨਸਲਾਂ, ਚੀਨਾ ਹੋਵੇ, ਮੀਨਾ ਹੋਵੇ, ਕਾਲਾ ਹੋਵੇ, ਨੀਲਾ ਹੋਵੇ, ਉਹਨੂੰ ਉੱਡਣਾ ਚਾਹੀਦਾ, ਜਿਹੜਾ ਉੱਡਦਾ ਮੈਂ ਤਾਂ ਉਹਨੂੰ ਮੰਨਦਾ। ਠੀਕ ਹੈ, ਬੜਾ ਕਲਪਿਆ ਜੀ, ਭੁੱਲ ਗਿਆ ਬੜਾ ਜੇ ਵੋ। ਮੈਂ ਕਿਹਾ ਮੈਂ ਨਹੀਂ ਲਾਓ ਸਾਹਿਬ ਮੰਨਦਾ, ਛੱਡੋ ਤੁਸੀਂ ਇਹ ਪੁਰਾਣੀਆਂ ਨਸਲਾਂ ਨੂੰ। ਮੈਂ ਕਿਹਾ ਤੁਹਾਡੇ ਮਤਲਬ ਮਸ਼ਹੂਰ ਹੈ, ਇਹ ਜੀ ਹੈਗੇ ਨੇ ਸ਼ਾਹਜਹਾਨਪੁਰੀ, ਇਹਦਾ ਬੱਚਾ 3 ਸਾਲ ਬਾਅਦ ਉੱਠਦਾ। ਮੈਂ ਕਿਹਾ ਕੌਣ ਜੀਤਾ ਤੇਰੀ ਜ਼ੁਲਮ ਦੇ ਸਾਰੋ ਸਰ ਹੁਣੇ ਤੱਕ? ਕੀ ਬਾਤ ਹੈ! ਮੈਂ ਕਿਹਾ ਸਾਨੂੰ ਦੋ ਚਾਹੀਦਾ, ਜਿਹੜਾ ਅੰਡਾ ਨਿਕਲੇ ਤੇ ਅੰਡਾ ਉੱਡਦਾ ਹੋਵੇ। ਬੜਾ ਕਲਪਿਆ ਜੀ, ਉਹ ਕਿਉਂਕਿ ਜ਼ਿਮੀਦਾਰ ਸੀ, ਮੁਰਾਬਿਆਂ ਦਾ ਮਾਲਕ ਸੀ, ਤੇ ਉਹਨਾਂ ਦਾ ਤੁਹਾਨੂੰ ਪਤਾ ਅਕਸਰ ਇੱਥੇ ਝਗੜੇ ਚੱਲਦੇ ਰਹਿੰਦੇ ਨੇ। ਉਹਨੇ ਮੇਰੇ ਕੋਲ ਐਡਰੈਸ ਲੈ ਲਿਆ, ਉਹ 8 ਦਿਨਾਂ ਬਾਅਦ ਮੇਰੇ ਕੋਲ ਇੱਥੇ ਅਜੀ। ਮੈਂ ਉਹ ਤਰੀਕ 'ਤੇ ਆਇਆ ਤਾਂ ਮੈਂ ਕਿਹਾ ਜੀ ਆਓ, ਮੈਂ ਉਹ ਵੀ ਜ਼ਰੂਰ ਕੀਤੀ। ਤੁਸੀਂ ਯਕੀਨ ਕਰੋ, ਅਗਲੇ ਵਿਹੜੇ ਆਇਆ ਤੇ ਉਹ ਸਾਰੇ ਇੱਕ ਇੱਕ ਜੋੜਾ ਲੈ ਕੇ ਆਏ। ਕਿਆ ਬਾਤ! ਉਹਦੇ ਮੈਂ ਸਿਰਫ ਦਰਦ ਰੱਖੇ ਰੱਖੇ ਸੀ, ਬਾਕੀ ਮੈਂ ਵਾਪਸ ਗਿਆ ਜੀ ਸ਼ੇਖੂਪੁਰਾ ਬਿਲਕੁਲ ਸਾਹਿਬ ਜੀ ਬਾਲ ਕਮ ਸਲਾਮ ਜਾਨਾ। ਉਹਦੇ ਤਾਂ ਬੱਚੇ ਨਹੀਂ ਸੀ ਮੇਰੇ ਕੋ ਪਾਲਦੇ, ਬੋਡੀ ਮੈਂ ਕੋਸ਼ਿਸ਼ ਕੀਤੀ, ਮੈਂ ਬਾਕੀ ਵਿੱਚ ਚੁਕਾ, ਸਿਰਫ ਮੈਂ ਦਰਦ ਰੱਖੇ ਰੱਖਿਆ। ਤੇ ਦਰਦ ਰੱਖਿਆ ਦੇ ਵਿੱਚੋਂ ਮੈਂ ਫਿਰ ਕਲਸੇ ਦੇ ਦਰਦ ਰੱਖੇ ਬਣਾਏ, ਚੀਨੇ ਦਰਦ ਰੱਖੇ ਬਣਾਏ, ਹੁਲਸੀ ਦੇ ਦਰਦ ਰੱਖੇ ਬਣਾਏ, ਹੁਣ ਵੀ ਮੇਰੇ ਕੋਲ ਦਰਦ ਰੱਖੇ ਮਾਸ਼ਾਅੱਲਾ। ਔਰ ਹਰ ਰੰਗ ਦੇ ਵਿੱਚ ਹੈ। ਪਿੱਛੇ ਜੀ ਮੈਂ ਤਾਂ ਭਾਈ ਸ਼ੌਕ ਕਰਾਇਆ ਸੀ ਕਿਸੇ ਨੂੰ, ਅਲਹਮਦੁਲਿਲਾ ਜਨਾਬ। ਇੱਥੇ ਸਿਗਨਲ ਥੋੜੇ ਡਰਾਪ ਨੇ, 4 ਵਾਰੀ ਡਰਾਪ ਹੋ ਕੇ ਕਨੈਕਟ ਹੋਈ ਦੁਬਾਰਾ, ਤੇ ਇਹ ਵੀਡੀਓ ਜਦੋਂ ਕੰਪਲੀਟ ਹੋ ਜਾਏਗੀ ਫਿਰ ਇਹਦਾ ਜਿਹੜੇ ਨਾ ਸਾਰੇ ਦੇ ਕੁਆਲਿਟੀ ਕਲੀਅਰ ਹੋ ਜਾਏਗੀ ਇਨਸ਼ਾਅੱਲਾ, ਜਦੋਂ ਡਰਾਪ ਹੋ ਕੇ ਤੇ ਸੇਵ ਹੋਏਗੀ। ਤੇ ਅੱਛਾ ਤੁਸੀਂ ਮਾਤ ਸਾਹਿਬ ਨੂੰ ਦੇ ਰਹੋ ਬਿਸਕਿਟ, ਮੈਂ ਦੇਖ ਰਿਹਾ ਨਾ ਕਮਰ ਭਾਈ ਨੂੰ ਤੁਸੀਂ ਬਿਸਕਿਟ ਦਿੱਤਾ ਤੇ ਨਾ ਹੀ ਭਾਈ ਤਨਵੀਰ ਨੂੰ ਦਿੱਤਾ ਬਿਸਕਿਟ। ਮੇਰੇ ਬੱਚੇ ਨੇ ਮੇਰੇ ਬੱਚੇ ਨੇ ਭਰਾ ਦਾ ਬੱਚਾ ਲਾਲ ਬਹੁਤਾ ਲਾਲ, ਤੁਸੀਂ ਨਾ ਵਾਹ ਕਰੋ ਬਾਕਰ ਕਿਆ ਘੁੰਗਰਾ ਤੇ ਵਾਹ ਵਾਹ ਬਾਕਰ ਜਾਨ ਬੁਲਾਵਾ ਬਾਹਰ ਬਾਹਰ ਉਹਨੇ ਨਹੀਂ ਆਣਾ ਨਹੀਂ ਆਤੇ ਕੋ ਨਾ ਕਿ ਕਰ ਸੁਣੀ ਆ ਜਨ ਨਹੀਂ ਖਤਮ ਹੋ ਗਿਆ ਦੱਸੋ ਲਾਈਟ ਕਾਲ ਨਾ ਬੰਦ ਕਰ ਛੱਡੀ ਖਲੀਫੇ ਦੀ ਖਲੀਫੇ ਦੀ ਕਤਾਈ ਬੜੀ ਮਜ਼ੇਦਾਰ ਚੀਜ਼ ਨਹੀਂ ਸੁਣੀਆਂ ਨਹੀਂ ਖਾਧੀਆਂ ਨੇ ਹੁਣ ਮਜ਼ੇਦਾਰ ਚੀਜ਼ ਬਣੀ ਹੈ ਬਹੁਤ ਮਸ਼ਹੂਰ ਕਤਾਈ ਹੈਂਡਮੇਡ ਹੈ ਜੀ ਕਾਕਾ ਦਾ ਮਜ਼ਾ ਬਾਹਰ ਵੀ ਬਹੁਤ ਜਾਂਦਾ ਹੈ ਸਭ। ਤੁਹਾਡੇ ਖਿਆਲ ਨਾਲ ਸਾਡੇ ਸਿਆਲਕੋਟ ਦਾ ਰੂਲ ਹੈ 25,000 ਤੋਂ ਉੱਤੇ ਬਾਜ਼ੀ ਨਹੀਂ, ਤੁਹਾਡੇ ਲਾਹੌਰ ਦਾ ਕੀ ਰੂਲ ਹੈ? ਕੋਈ ਰੂਲ ਨਹੀਂ, ਅਨਲਿਮਿਟਿਡ ਜੋ ਮਰਜ਼ੀ ਲਾ ਲਓ, ਕੋਈ ਪਤਾ ਨਹੀਂ ਕੀ ਲੱਗਦਾ ਪਿਆ ਤੇ ਕੀ ਹੋ ਮੁਨਾਸਬ ਹੈ ਨਾ ਹੋਣਾ। ਅਗਰ ਮੁਨਾਸਬ ਹੁੰਦਾ ਤੇ ਮੈਨੂੰ ਹਰ ਚੀਜ਼ ਨਾਲ ਅੱਲਾ ਨੇ ਨਵਾਜ਼ਿਆ, ਕਿਆ ਮੈਂ ਨਾ ਲਗਾਣਾ? ਮਾਸ਼ਾਅੱਲਾ ਸਾਡਾ ਤੇ ਜੀ ਬੜਾ ਅੱਛਾ ਰੂਲ ਬਣਿਆ ਦਾ, 25,000 ਤੋਂ ਉੱਤੇ ਬਾਜ਼ੀ ਨਹੀਂ ਲਾ ਸਕਦਾ, ਇਕੱਠ ਦੇ ਚ ਜਿੰਨੇ ਬੈਣਾ ਜੀ, ਇਕੱਠ ਚ ਜਿੰਨੇ ਵੀ ਅਥੈਂਟਿਕ ਉਸਤਾਦ ਨੇ ਪੱਕੇ ਮਸ਼ਹੂਰ ਉਹਨਾਂ ਇਕੱਠ ਚ ਜਾਣਾ ਲਾ ਦਾ। ਨਹੀਂ ਨਹੀਂ ਮੇਰਾ ਮਤਲਬ ਕੱਟ ਤੋਂ ਬਾਅਦ ਵੀ ਜੇ ਉਹਨਾਂ ਦੀ ਬਾਜ਼ੀ ਲੱਗੀ ਨਾ 25,000 ਤੋਂ ਉੱਤੇ ਨਹੀਂ ਲੱਗਣੀ ਉੱਥੇ, ਨਹੀਂ ਉਹ ਤੁਹਾਡੀ ਆਊਟ ਆਫ ਸਿਟੀ ਹੈ ਨਾ, ਦੂਜੇ ਸ਼ਹਿਰ 'ਚ ਸੀ, ਆਪਣੇ ਸ਼ਹਿਰ ਦੇ ਅੰਦਰ 25,000 ਤੋਂ ਉੱਤੇ ਬਾਜ਼ੀ ਕੋਈ ਨਹੀਂ। ਨਾ ਉਸਤਾਦ ਆਸ਼ਕ ਸਹਿਣ ਨੇ ਦਿੱਤਾ ਸੀ ਬਾਜ਼ੀ, ਨਾ ਕੱਢੀ ਉਸਤਾਦ ਆਸ਼ਕ ਸਹਿਣ ਨੇ, ਨਹੀਂ ਉਹ ਲਵਾਈ ਗਈ ਸੀ ਸਿਰਫ ਸ਼ੌਕ ਵੇਖਿਆ ਗਿਆ,
ਉਹ ਜਿਹੜਾ ਬਾਹਰ ਬੈਠਾ ਨਾ ਅਰਬੀ ਉਹਨੇ ਸ਼ੌਕ ਰੱਖਿਆ ਸੀ ਉਹਨੇ ਕਿਹਾ ਜੀ ਤੁਸੀਂ ਦੋਨੋਂ ਹੀ ਦਿਓ ਤੁਹਾਡੇ ਦੋਵਾਂ 'ਚ ਜਿਹੜਾ ਅੱਛੀ ਪਰਫਾਰਮੈਂਸ ਕਰੇਗਾ ਉਹਨੂੰ ਨਾਮ ਦਿਆਂਗਾ ਨਹੀਂ ਉਹ ਬਾਜ਼ੀ ਨਹੀਂ ਸੋ ਨਾਮ ਹੋਇਆ ਨਹੀਂ ਉਹ ਨਾਮ ਹੋਇਆ ਤੇ ਆਪਣੀ ਜਗ੍ਹਾ 'ਤੇ ਰਹਿ ਗਈ ਗੱਲ ਨਾ ਤੇ ਮੋਨਾ ਸਾਹਿਬ ਗੱਡੀ ਲੈ ਕੇ ਆ ਗਏ ਸੀ ਬਾਜ਼ੀ ਨਾਲ ਮੁੱਲਾਂ ਦੇ ਨਾਲ ਹਾਂ ਬੜਾ ਬੜਾ ਇਸ਼ੂ ਚੱਲਿਆ ਸੀ ਉਹ ਐਕਚੁਲੀ ਅੱਛਾ ਮੈਂ ਸਮਝਦਾ ਸਾਂ ਕਿ ਉਹ ਹੀ ਸ਼ਹਿਰਾਂ ਦੀ ਤਕਸੀਮ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਦੁਬਾਰਾ ਨਵੇਂ ਸਿਰੇ 'ਤੇ ਉਹਦੇ ਫਿਰ ਮੁਨਾਸਬ ਨਹੀਂ ਸੀ ਉਹ ਵੀ ਪਰ ਸਾਡੇ ਸ਼ਹਿਰ ਦਾ ਰੂਲ ਹੈ ਕਿ 25,000 ਦੇ ਉੱਤੇ ਬਾਜ਼ੀ ਨਹੀਂ ਲਾਉਣੀ ਚਾਹੇ ਇਕੱਠ 'ਚ ਬੈਠਾ ਉਸਤਾਦ ਵੱਡਾ ਚਾਹੇ ਇਕੱਠ ਤੋਂ ਬਾਅਦ ਜਿਹੜੀ ਬਾਹਰ ਬਾਜ਼ੀ ਲੱਗੀ ਜੋ ਇਕੱਠ 'ਚ ਆਉਣਾ ਤਾਂ ਉਹ ਵੀ ਕਾਊਂਟ ਹੋਣੀ ਹੈ ਵਿੱਚ ਉਹ ਵੀ ਬਾਜ਼ੀ ਲੱਗੀ ਹੈ ਬਿਲਕੁਲ ਉਹ ਵੀ ਉਹਨਾਂ ਵਿੱਚ ਲਿਖਿਆ ਜਾਣਾ ਉੱਥੇ ਕਿ ਜੀ ਇਹ ਸਾਡੀ ਆ ਬਾਜ਼ੀ ਲੱਗੀ ਦੀ 25,000 ਲੱਗੀ ਹੈ ਪਾਰ ਇੰਨਾ ਲਗਾਦਾ ਹੇਟ 'ਤੇ ਨਹੀਂ ਲੱਗੀ ਹੈ ਉਹ ਵੀ ਸਾਡੀ ਜਿਹੜੀ ਇਕੱਠ ਦੀ ਬਾਜ਼ੀ ਹੈ ਨਾ ਜੀ ਉਹਦੇ 'ਚ ਕੋਈ ਪਾਰ ਨਹੀਂ ਹੁੰਦਾ ਠੀਕ ਹੈ ਸਾਡੇ ਵੀ ਮੈਂ ਦੇਖਿਆ ਅਕਸਰ ਕਿ ਜੇ ਕੁਛ ਚਾਹੁੰਦਾ ਤੇ ਪਾਰ ਹੇਠ ਲੱਗ ਸਕਦੀ ਜੇ ਨਹੀਂ ਲਾਉਂਦਾ ਤੇ ਸਿੱਧੀ ਸਟੇਟ ਬਾਜ਼ੀ ਲਾ ਹੀ ਨਹੀਂ ਸਕਦਾ ਠੀਕ ਹੈ ਯਾਨੀ ਕਿ ਤੁਹਾਡੇ ਜ਼ਿਆਦਾ ਬਾਜ਼ੀਆਂ ਇਕੱਠ ਦੇ ਅੰਦਰ ਲੱਗਦੀਆਂ ਨੇ ਕਿ ਬਾਹਰ ਖੁਦ ਸਾਖਤਾ ਵੀ ਲੱਗਦੀਆਂ ਨੇ ਜ਼ਿਆਦਾ ਖੁਦ ਸਾਖਤਾ ਬਹੁਤੀਆਂ ਲੱਗਦੀਆਂ ਜੇ ਇਕੱਠ ਵਾਲੀਆਂ ਥੋੜੀਆਂ ਬਾਹਰੋਂ ਬਾਹਰ ਲਾਂਦੇ ਨੇ ਗੁੱਲ ਜਿਹਨੂੰ ਪੰਜਾਬੀ ਚ ਅਸੀਂ ਕਹਿੰਦੇ ਗੁੱਲ ਲੱਗਾ ਨਹੀਂ ਮੇਰੀ ਨਹੀਂ ਇਹਦੀ ਚੀਜ਼ ਦੀ ਫਿਰ ਸਮਝ ਲੱਗੀ ਸਮਝਾਓ ਜੀ ਅੱਛਾ ਬਹਿ ਕੀ ਚੀਜ਼ ਪੈਕੇਜ ਦਾ ਭੈਣ ਜੀ ਮੇਰੀ ਤੁਹਾਡੀ ਗੇਮ ਜੀ ਜੀ ਅਸੀਂ ਇਕੱਠ ਦੀ ਬਾਜ਼ੀ ਕਈ ਐਸੇ ਬੰਦੇ ਨੇ ਜੀ ਕੌਣ ਲਾਵੇ ਜੀ 2,000 ਦੀ ਬਾਜ਼ੀ ਠੀਕ ਹੈ ਪਟ ਤੁਸੀਂ 10 ਸ਼ਰਤਾਂ ਦੇ ਰਹੇ 10 ਸ਼ਰਤਾਂ ਮੈਂ ਦਿੰਦਾ ਠੀਕ ਹੈ ਕਿਹਾ ਹੋ ਗਿਆ 10-10 ਸ਼ਰਤਾਂ ਦਾ ਉਹਦੇ ਵਿੱਚ ਕੋਈ 10,000 ਰੁਪਇਆ ਲਾਉਂਦਾ ਸੱਤਾਂ ਬਾਜ਼ੀਆਂ ਦਾ ਕੋਈ 5,000 ਲਾਉਂਦਾ ਜਿੰਨੇ ਦੀ ਬਾਜ਼ੀ ਲੱਗਦੀ ਉਹਨੇ ਦੀ ਐਵਰੇਜ ਲੱਗ ਜਾਂਦੀ ਉਹਦੇ ਬਾਅਦ ਪਾਰ ਆ ਜਾਂਦਾ 500-1,000 ਰੁਪਇਆ ਪਾਰ ਆ ਜਾਂਦਾ ਠੀਕ ਹੈ ਮੈਂ ਸਮਝ ਗਿਆ ਯਾਨੀ ਕਿ ਮੈਂ ਕਹਿੰਦਾ ਜੀ ਮੈਂ ਨਹੀਂ 2,000 ਬਾਜ਼ੀ ਲਾਉਣੀ ਮੈਂ ਬਹੁਤੀ ਲਾਉਣੀ ਹੈ ਮੈਨੂੰ 1, 2, 3, 4, 5, 6 ਛੱਤਾਂ ਦੇ ਦਿੱਤੀਆਂ ਜਾਣਗੀਆਂ ਇਹਨਾਂ ਲਾ ਲਓ ਲਓ ਜੀ 2-2 ਲਾਉਣੀਆਂ ਨੇ 5-5 ਜੇ ਜਿੱਦਾਂ ਉਧਰੋਂ ਫਿਰ ਇਹ ਚਾਹੀਏ ਕਿ ਮੇਰੇ ਨਾਲ ਵੀ 6 ਆਣਗੀਆਂ ਸਾਡੀਆਂ 6 ਜਿੱਦਾਂ ਮੇਰੀਆਂ 6 ਜਿੱਦਾਂ ਪੈਸੇ ਲਾ ਯਾਨੀ ਕਿ ਗਰੁੱਪ ਬਣ ਜਾਣਗੇ ਗਰੁੱਪ ਬਣ ਜਾਣਗੇ ਨਾ ਠੀਕ ਹੋ ਗਿਆ ਪੈਕੇਜ ਹੋ ਗਿਆ ਠੀਕ ਹੈ ਫਿਰ ਵੀ ਮੈਂ ਮੁਨਾਸਬ ਹੈ ਕਿ ਜੇ ਇਕੱਠ ਤੁਹਾਡੇ 'ਚ 2,000 ਰੁਪਇਆ ਬਾਜ਼ੀ ਲੱਗਦੀ ਹੈ ਬਹੁਤ ਅੱਛਾ ਰੂਲ ਹੈ ਜੀ ਇਸ ਚੀਜ਼ ਦਾ ਮੈਨੂੰ ਮਜ਼ਾ ਆਇਆ ਸੁਣ ਕੇ ਹੋਰ ਆਈ ਸਾਹਿਬ ਕਬੂਤਰ ਨੂੰ ਕਮ ਅਜ਼ ਕਮ ਕਿੰਨੀ ਫਿਰਤ ਦੇਣੀ ਚਾਹੀਦੀ ਹੈ ਕੱਪ ਤੋਂ ਪਹਿਲਾਂ ਕਿੰਨੇ ਦਿਨ ਦੀਆਂ ਫਿਰਤਾਂ ਕਮ ਅਜ਼ ਕਮ ਉਹਨੂੰ 8-10 ਫਿਰਤਾਂ ਤੇ ਆਣੀਆਂ ਚਾਹੀਦੀਆਂ ਇਹ ਨਹੀਂ ਮੰਗਦਾ 8-10 ਫਿਰਤਾਂ ਨਹੀਂ ਮੈਂ 50 ਰੁਪਏ ਉਠਾ ਰਹੇ ਆ ਇਹ ਪਈਆਂ ਦੇ ਜੇ ਗਿਆ ਮੈਂ ਤਾਂ ਫੁੱਲ ਹੋ ਗਿਆ ਦਾ ਜੀ ਉਹਨਾਂ ਨੂੰ ਪੁੱਛ ਲਓ ਮੈਂ ਕਿੰਨਾ ਖਾਂਦਾ ਮੈਂ ਬਹੁਤ ਕੰਮ ਖਾਂਦਾ ਜੀ ਜਨਾਬ ਓਏ ਆ ਕੁਝ ਖਤਾਈ ਦਿਖਾਓ ਇਹ ਲਓ ਸਾਰਾ ਅੱਗੇ ਮੈਂ ਖਤਾਈ ਖਾਦੀ ਅੱਗੇ ਕਿਹੜਾ ਬਿਸਕੁਟ ਖਾਦੇ ਨਾ ਫੁੱਲ ਮੈਂ ਹੋ ਗਿਆ ਜਜ਼ਾਕ ਅੱਲਾ ਆਹੋ ਅੱਛਾ ਨਿੱਕੇ ਹੁੰਦਾ ਚਾਚਾ ਜੀ ਦੀਆਂ ਨੀ ਸਭ ਗੱਲਾਂ ਸੁਣਦੇ ਕਿ ਕੁੰਦਾ ਬਿਸਕੁਟ ਤੇ ਕੁੰਦਾ ਬਿਸਕੁਟ ਬਿਸਕੁਟ ਹੁੰਦਾ ਜਦੋਂ ਮਾਰ ਪੈਣੀ ਨਾ ਕੁੱਟ ਕੁੱਟ ਕੇ ਖਵਾ ਨਹੀਂ ਨਹੀਂ ਬਿਸਕੁਟ ਹੁੰਦਾ ਜਿਹਨੂੰ ਫੜਾ ਸਾਰੇ ਮੂੰਹ ਚ ਰੱਖ ਲਿਆ ਜਾਂਦਾ ਬਿਸਕੁਟ ਬਾਰੇ ਆਰਾਮ ਨਾਲ ਖਾਦਾ ਜਾਂਦਾ ਡਿਫਰੈਂਸ ਹੁੰਦਾ ਜੀ ਆਈ ਸਾਹਿਬ ਕਮ ਅਜ਼ ਕਮ ਕਿੰਨੀ ਕੁ ਫਿਰਤ ਦੇਣੀ ਚਾਹੀਦੀ ਹੈ ਪਰਿੰਦਿਆਂ ਨੂੰ ਪਹਿਲਾਂ 10-12 ਫਿਰਤਾਂ ਕਮ ਅਜ਼ ਕਮ ਲਗਾਤਾਰ ਦੀਆਂ ਕਿ ਨਾਗਾਬਾਰ ਕਈ ਕਹਿੰਦੇ ਜੀ ਲਗਾਤਾਰ ਡਾਈ ਜਾਓ ਜੀ ਡੰਡਾ ਫੇਰੋ ਇਹਨਾਂ ਨੂੰ ਉਹਦਾ ਕੀ ਹੁੰਦਾ ਕਿ ਡੰਡਾ ਫੇਰੀ ਚਲੋ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤੇ ਫਿਰ ਤੇ ਤੁਸੀਂ ਉਹਨੂੰ ਇੱਕ ਉੱਪਰ ਰੱਖ ਕੇ ਖੜਗਾਓਗੇ ਠੀਕ ਹੈ ਜੇ ਤੁਹਾਡੇ ਕੋਲ ਟਾਈਮ ਹੈਗਾ ਤੇ ਫਿਰ ਤੁਸੀਂ ਉਹਨੂੰ ਬੜੇ ਪਿਆਰ ਨਾਲ ਕੇ ਲੈ ਕੇ ਆਓ ਯਾਨੀ ਕਿ ਜਿਸ ਤਰ੍ਹਾਂ ਮੈਂ ਕਿਹਾ ਕਿ ਅਸੀਂ ਇਸ ਟਾਈਮ ਪੁੱਟ ਲੈਣੇ ਨੇ ਸਾਡੇ ਕੋਲ ਟਾਈਮ ਹੋਣਾ ਜੀ ਬਿਲਕੁਲ ਤੇ ਜਿਹੜੇ ਮੇਰੇ ਮੰਗਣਾ ਦੇ ਬੰਦੇ ਨੇ ਜਿਹੜਾ ਨੇ ਨਹੀਂ ਜੀ ਪਰ ਖਰਾਬ ਹੋ ਜਾਂਦੇ ਨੇ ਅੱਗੇ ਜਾ ਕੇ ਪੁਣ ਫਿਰ ਉਹਨਾਂ ਕੋਲ ਟਾਈਮ ਨਹੀਂ ਹੋਣਾ ਉਹਨਾਂ ਫਿਰ ਡੰਡਾ ਹੀ ਫੇਰਨਾ ਲਗਾਤਾਰ ਲਗਾਤਾਰ ਦੀ ਫਿਰਤਾਂ ਦੇ ਕਬੂਤਰ ਜ਼ਾਇਆ ਨਹੀਂ ਹੁੰਦਾ ਜ਼ਿਆਦਾ ਜ਼ਾਇਆ ਹੁੰਦਾ ਐਨਰਜੀ ਵੇਸਟ ਹੁੰਦੀ ਹੈ ਪੱਠੇ ਛੱਲ ਹੋ ਜਾਂਦੇ ਨੇ ਠੀਕ ਹੈ ਤੇ ਕਬੂਤਰ ਨੂੰ
ਸਾਂਭਣ ਵਾਸਤੇ ਕੋਈ ਹੈ ਟੋਟਕਾ ਜਿਹੜੇ ਛੋਟੇ ਖਿਲਾੜੀ ਆਪਣਾ ਆਸਾਨੀ ਨਾਲ ਸਾਂਭ ਲੈਣ, ਉਡਾਣ ਦਾ ਨਹੀਂ ਸਾਂਭਣ ਦਾ ਵਾਪਸੀ 'ਤੇ ਆਏ ਤੇ ਉਹ ਯਾਰ ਨਹੀਂ ਮੈਂ ਕੁਛ ਨੁਸਖਾ ਨਹੀਂ ਪੁੱਛਣ ਡਿਆ, ਮੈਂ ਤਰੀਕਾ ਪੁੱਛਣ ਡਿਆ ਵਾਂ। ਨਹੀਂ 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 ਨੁਸਖਾ ਨਹੀਂ ਤਰੀਕਾ ਨਹੀਂ, ਮੈਂ ਉਸਤਾਦ ਮੈਂ ਟਿਪ ਬਾਅਦ ਚੋਂ ਨਹੀਂ ਪਹਿਲਾਂ ਉਸਤਾਦ ਪੁੱਛਿਆ ਗਿਆ ਜੀ। ਜਿਹੜੀ ਹੈ ਨਾ ਗੱਲ ਉਹ ਅਕਸਰ ਲੋਕ ਕਰਦੇ ਨੇ ਕਿ ਕਬੂਤਰ ਜਦੋਂ ਆਏ ਤੇ ਉਹਨੂੰ ਉਹਦੇ ਪੰਜੇ ਪਾਣੀ ਦੇ ਵਿੱਚ ਪਾ ਦਿਓ ਤੇ ਇੰਨਾ ਪਾਣੀ ਰੱਖੋਗੇ ਉਹਦੇ ਪੰਜੇ ਪਾਣੀ ਚਲੇ ਜਾਣ ਤੇ ਉਹ ਹਲਕੀਆਂ ਹਲਕੀਆਂ ਨੋਕਾਂ ਲਾਏ। ਕਦੀ ਵੀ ਕਬੂਤਰ ਦੇ ਪੰਜਿਆਂ ਨੂੰ ਪਾਣੀ ਨਹੀਂ ਲੱਗਣ ਦੇਣਾ। ਕਬੂਤਰ ਜਦੋਂ ਉੱਡ ਕੇ ਆਏ ਤੇ ਉਹ ਕੋਸ਼ਿਸ਼ ਕਰਨੀ ਹੈ ਕਿ ਸਿਰਫ ਉਹ ਐਸੇ ਬਰਤਨ 'ਚ ਉਹਨੂੰ ਪਾਣੀ ਪਾਓ ਜਿਹਦੇ 'ਚ ਉਹ ਚੁੰਝ ਲਾਵੇ, ਹਲਕੀ ਜਿਹੀ ਚੁਸਕੀ ਲਾਵੇ, ਪੰਜਾ ਉਹਦਾ ਪਾਣੀ 'ਚ ਨਾ ਜਾਵੇ। ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਜੇ ਸੰਭਾਲ ਦੇ। ਜੀ ਤਨਵੀਰ ਸਾਹਿਬ ਜੇ ਪੰਜਾਬ ਪਾਣੀ 'ਚ ਜਾਏਗਾ ਤਾਂ ਕੀ ਹੋਏਗਾ? ਪੰਜਾਬ ਪਾਣੀ ਜਾਏਗਾ ਤੇ ਇਹ ਇੱਕ ਬੜੀ ਵੱਡੀ ਸਾਇੰਸ ਹੈ। ਉਹ ਸਾਇੰਸ ਸਾਨੂੰ ਵੀ ਤਾਂ ਦੱਸੋ। ਉਹ ਸਾਇੰਸ ਮੈਂ ਦੇਖੋ ਗੱਲ ਹੈਗੀ ਹੈ, ਉਹ ਜਿਹੜੀ ਹੈ ਨਾ ਮੇਰੀ ਇੱਕ ਲੇਟੈਸਟ ਰਿਸਰਚ ਹੈਗੀ ਹੈ ਔਰ ਉਹ ਮੇਰੇ ਚੈਨਲ ਦੀ ਅਮਾਨਤ ਹੈ, ਮੈਂ ਉਹਦੇ 'ਤੇ ਡਿਸਕਲੋਜ਼ ਕਰਾਂਗਾ। ਹਿੰਟ ਮੈਂ ਤੁਹਾਨੂੰ ਦੇ ਦਿੰਦਾ ਵਾਂ, ਯਾਨੀ ਕਿ ਫਿਰ ਨਾ ਹੀ ਸਮਝ ਨਹੀਂ ਸਮਝ ਜਾਓ, ਹਿੰਟ ਦੇਣ ਲੱਗਾ ਮੈਂ, ਹਿੰਟ ਦੇਣ ਲੱਗਾ। ਅੱਜ ਤੱਕ ਕਬੂਤਰ ਪਰਵਰ ਮਾਸ਼ਾਅੱਲਾ ਬੇਬਹਾ ਪੈਦਾ ਹੋਏ, ਕਬੂਤਰ ਬਾਸ ਪੈਦਾ ਹੋਏ, ਸ਼ੁਕੀਨ ਹੋਏ, ਕਬੂਤਰ ਨੂੰ ਸਮਝਣ ਵਾਲੇ ਲੋਕ ਥੋੜ੍ਹੇ ਪੈਦਾ ਹੋਏ ਨੇ ਅਤੇ ਮੈਂ ਕਬੂਤਰ ਨੂੰ ਸਮਝਣ ਵਾਲਾ ਬਣਨਾ ਚਾਹੁੰਦਾ ਹਾਂ। ਕਬੂਤਰ ਸਾਹ ਲੈਂਦਾ, ਇੱਕ ਅੱਲਾਹ ਪਾਕ ਦਾ ਮੌਜੂਦਾ ਹੈ। ਕਬੂਤਰ ਇੱਕ ਬੜੀ ਵੱਡੀ ਚੀਜ਼ ਹੈ। ਕਬੂਤਰ ਸਾਹ ਆਪਣੇ ਨਕੋੜੇ ਤੋਂ ਮੂੰਹ ਥਾਰੀ ਲੈਂਦਾ, ਲੇਕਿਨ ਐਗਜ਼ਿਸਟ ਕਿੱਥੋਂ ਕਰਦਾ? ਇਨਹੇਲ ਤਾਂ ਕਰਦਾ ਲੇਕਿਨ ਕੱਢਦਾ ਕਿੱਥੋਂ ਹੈ? ਇਹ ਇਨਸ਼ਾਅੱਲਾ ਮੈਂ ਆਪਣੇ ਚੈਨਲ ਤੇ ਇਸ ਚੀਜ਼ ਨੂੰ ਰਿਵਿਊ ਕਰਾਂਗਾ। ਫਿਰ ਮੈਂ ਇੱਥੇ ਹੀ ਆ ਜਾਂਦਾ ਵਾਂ ਕਿਉਂਕਿ ਮੈਂ ਸਮਝਦਾ ਮੈਨੂੰ ਜਵਾਬ ਨਹੀਂ ਮਿਲਦਾ। ਆਈ ਸਾਹਿਬ ਇਹਦੇ ਵਿੱਚ ਅਗਰ ਕੋਈ ਸਮਝਣ ਵਾਲਾ ਆਏਗਾ ਤਾਂ ਬੜੀ ਆਈ ਸਾਹਿਬ ਅਕਸਰ ਕਰਦੇ ਨੇ ਲੋਕ ਤਨਵੀਰ ਸਾਹਿਬ ਨੇ ਗੱਲ ਕੀਤੀ ਹੈ ਕਿ ਚੁਸਕੀਆਂ ਲਾਏ ਕਬੂਤਰ ਪੰਜੇ ਪਾਣੀ 'ਚ ਨਾ ਜਾਏ। ਅੱਜ ਕੱਲ੍ਹ ਵਾਕਈ ਇਹਨਾਂ ਦੀ ਗੱਲ ਠੀਕ ਹੈ ਕਿ ਲਾਏ ਜੀ ਕਣਾਲੀ 'ਚ ਪਾਣੀ ਪਾ ਦਿਓ, ਥੋੜ੍ਹੀ ਜਿਹੀ ਫਲਾਣੀ ਚੀਜ਼ ਪਾ ਦਿਓ, ਥੋੜ੍ਹੀ ਫਲਾਣੀ ਚੁਸਕੀਆਂ ਲਾਉਂਦਾ ਰਹੇ ਕਬੂਤਰ। ਮੈਂ ਆਪਣਾ ਜ਼ਾਤੀ ਤਜਰਬਾ ਸ਼ੇਅਰ ਕਰਾਂਗਾ ਕਿਉਂਕਿ ਮੈਨੂੰ ਮੈਂ ਨਹੀਂ ਚਾਹੁੰਦਾ ਕਿ ਜੀ ਇਹ ਲੋਕ ਸੁਣ ਰਹੇ ਨੇ ਇਹ ਨਾ ਸੁਣਨ। ਮੈਂ ਆਪਣਾ ਕਬੂਤਰ ਵਾਪਸੀ 'ਤੇ ਪੂਰਾ ਸਾਂਭਦਾ ਹਾਂ, ਲੋਕਾਂ ਨੂੰ ਦਿਖਾਇਆ ਕਿਸ ਤਰ੍ਹਾਂ ਸਾਂਭਿਆ, ਕੀ ਕੀਤਾ। ਮੈਂ ਕਬੂਤਰ ਆਉਂਦਾ ਉਹਨੂੰ ਮਲਣਾ, ਜਿਹੜਾ ਤਰੀਕਾ ਦੱਸਿਆ ਗਿਆ, ਹਲਕਾ ਹਲਕਾ ਕੱਪੜੇ ਨਾਲ। ਉਸ ਤੋਂ ਬਾਅਦ ਮੈਂ ਕਬੂਤਰ ਨੂੰ 2-4 ਮਿੰਟ ਬਾਅਦ ਪੂਰਾ ਪਾਣੀ ਦੇ ਕੇ ਪਲਟਾ ਦਿੰਦਾ, ਠੀਕ ਹੈ? ਉਹ ਪੂਰਾ ਪਾਣੀ ਪੋਲਟ ਭਰਨ ਕੇ ਪਲਟਾਉਣ ਨਾਲ ਵੀ ਉਹਨੂੰ ਫਾਲਟ ਪਾਉਣ ਨਹੀਂ ਪੈਂਦਾ। ਚੁਸਕੀਆਂ ਦੀ ਕੀ ਟਿੱਪ ਹੈ ਜਿਹੜੀ ਅੱਜ ਕੱਲ੍ਹ ਆਈ ਦੀ? ਅਕਸਰ ਕਬੂਤਰ ਕਹਿ ਲੋਕ ਕਬੂਤਰ ਪਰ ਕਹਿੰਦੇ ਆ ਗਏ ਜੀ ਪਾਣੀ ਪੀ ਲਿਆ, ਕਬੂਤਰ ਬਾਜ਼ੀਆਂ ਮਾਰਨ ਲੱਗ ਪਿਆ। ਜਦੋਂ ਅਸੀਂ ਪੋਲ 'ਚ ਪਾਣੀ ਪੂਰੀ ਭਰ ਕੇ ਮੈਂ ਪਲਟਾ ਛੱਡਦਾ, ਪਲਟਾ ਕੇ ਉਹਨੂੰ ਛੱਡ ਦਈਦਾ, ਕਬੂਤਰ ਅਗਲੇ ਦਿਨ ਪਰਫੈਕਟ ਫਿਰ ਜਾਂਦਾ, ਸਮਾਨ ਫਿਰ ਸ਼ਾਮ ਨੂੰ ਹੀ ਆਉਂਦਾ। ਠੀਕ ਹੋ ਗਿਆ, ਜੇ ਤੁਹਾਡਾ ਕਬੂਤਰ ਬੇਦਲ ਹੋ ਗਿਆ ਫਿਰ ਉਹਦੇ ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਣੀ, ਤੁਸੀਂ ਉਹਦਾ ਪੋਟਾ ਪਲਟਾ ਹੋ ਗਿਆ, ਦੇਖੋ ਉਹਦੇ ਅੰਦਰੋਂ ਕਿਆ ਕੋਈ ਦਾਣਾ ਰਹਿ ਗਿਆ ਹੈ, ਬਿਲਕੁਲ ਉਹਦੇ ਅੰਦਰੋਂ ਦਾਣਾ ਨਿਕਲਿਆ, ਉਹ ਤੁਹਾਡੇ ਸਵੇਰੇ ਉਡਾਣ ਦੇ ਵਿੱਚ ਕੁਤਾਈ ਹੋ ਗਈ, ਜਾਨਵਰ ਦੀ ਕੁਤਾਈ ਦੇ, ਠੀਕ ਹੈ? ਉਹਨੂੰ 2-3 ਵਾਰੀ ਪਲਟਾਓ, ਦਾਣਾ ਸਾਫ਼ ਕਰ ਲਓ, ਉਹਦੇ ਬਾਅਦ ਤੁਸੀਂ ਉਸਨੂੰ ਦਿਓ ਸੈੱਟ ਹੋ ਜਾਣਾ। ਅਗਰ ਤੁਹਾਡਾ ਕਬੂਤਰ ਬੇਦਲ ਨਹੀਂ, ਵੈਸੇ ਹੀ ਉਹ ਪਾਣੀ ਪੀ ਕੇ ਮਿੱਠ ਮਾਰਦਾ ਤੇ ਫਿਰ ਉਹਨੂੰ ਕੋਈ ਪਲਟਾਉਣ ਦੀ ਜ਼ਰੂਰਤ ਨਹੀਂ, ਯਾਨੀ ਕਿ ਪਰਫੈਕਟ ਆ ਕੇ ਬੈਠ ਜਾਏ, ਠੀਕ ਹੈ? ਅਤੇ ਜਿਹੜਾ ਕਹਿੰਦੇ ਕਨਾਲੀ 'ਚ ਪਾਣੀ ਪਾ ਛੋੜੋ ਤਾਂ ਕਿਆ ਕਬੂਤਰ ਕਨਾਲੀ 'ਚ ਖਲੋਤਾ ਰਹੇਗਾ? ਉਹ ਤਾਂ ਫਿਰ ਉਹ ਤੁਹਾਡੀ ਗੱਲ ਕਿ ਬੇਦਿਲ ਕਬੂਤਰ ਜਿਹੜਾ ਬੇਦਿਲ ਹੋਏਗਾ ਉਹ ਤੁਸੀਂ ਲੈ ਨਹੀਂ ਜਾਣਾ ਤੇ ਖਲੋਤਰ ਕੇ, ਜੈਸਾ ਕਿ ਉਦਣ ਉਹ ਕਬੂਤਰ ਲੱਗਾ ਸੀ ਜਾਂ ਮੂੰਹ ਪਾਟ ਗਿਆ, ਠੀਕ ਹੋ? ਅੱਛਾ ਮੇਰੇ ਗੱਲ ਦਾ ਮਤਲਬ ਇਹ ਸੀ ਜਿਹੜੀ ਤੁਹਾਡੇ ਕੋਲ ਮੈਂ ਪੁੱਛੀ ਸੀ ਕੋਈ ਸਾਂਭਣ ਦੀ, ਇਹ ਜਿਹੜੀ ਤੁਸੀਂ ਦੱਸੀ ਹੈ ਕਿ ਕਬੂਤਰ ਵਾਪਸ ਜੇ ਠੀਕ ਬੈਠਾ ਹੈ ਤਾਂ ਉਹਨੂੰ ਜ਼ਰੂਰਤ ਨਹੀਂ, ਜੇ ਬੇਦਿਲ ਬੈਠਾ ਤਾਂ ਫਿਰ ਉਹਨੂੰ ਸਾਂਭੋ ਜੋ ਵੀ ਕਰਨਾ। ਇਹੀ ਮਕਸਦ ਸੀ ਕਿ ਦੋਸਤਾਂ ਨੂੰ ਦੱਸਣਾ ਟਿਪ ਦਾ
ਜਿਸ ਤਰ੍ਹਾਂ ਮੈਂ ਪਲਟਾਉਂਦਾ ਰਿਹਾ ਮੇਰਾ ਕਬੂਤਰ ਪਰਫੈਕਟ ਵਾਪਸ ਵੀ ਲੱਥ ਰਿਹਾ ਜੇ ਸ਼ਾਮ ਨੂੰ ਤਾਂ ਉਹਨੂੰ ਮੈਂ ਪਲਟਾਉਂਦਾ ਰਿਹਾ ਉਹਨੂੰ ਜ਼ਰੂਰਤ ਨਹੀਂ ਠੀਕ ਹੈ ਨੁਸਖਾ ਲਾਇਆ ਤਾਂ ਕੋਈ ਮਜ਼ਾਇਲ ਵਗੈਰਾ ਲਾਇਆ ਤਾਂ ਕਿਆ ਉਹਨੂੰ ਪਲਟਾ ਦੇਣਾ ਚਾਹੀਦਾ ਵਾਪਸੀ ਤੋਂ ਅੰਦਰੋਂ ਜ਼ਹਿਰ ਤੁਹਾਡਾ ਕਬੂਤਰ ਆ ਕੇ ਬਿਲਕੁਲ ਠੀਕ ਹੈ ਚੱਲ ਪਿਆ ਆਪਣੇ ਆਪ ਉਹਨੇ ਖਾ ਵੀ ਲਿਆ ਅਤੇ ਉਹਨੂੰ ਖਵਾਓ ਪਿਆ ਉਸਦੇ ਬਾਅਦ ਰਾਤ ਨੂੰ ਉਹਨੂੰ ਕੋਈ ਖੱਟਾ ਖੁੱਟਾ ਦੇ ਦਿਓ ਕੋਈ ਚੀਜ਼ ਤਾਂ ਕਿ ਉਹਦੇ ਅੰਦਰ ਜਿਹੜਾ ਕੋਈ ਜ਼ਹਿਰੀਲਾ ਬਣਿਆ ਖਾ ਨਿਕਲ ਜਾ ਖੱਟਾ ਦੇਣਾ ਚਾਹੀਦਾ ਖੱਟਾ ਮੀਨ ਕਿ ਦੇਸੀ ਖੱਟਾ ਜਾਂ ਟਾਟਰੀ ਜਾਂ ਇਹੋ ਜਿਹੀ ਚੀਜ਼ ਤੁਸੀਂ ਜਦੋਂ ਆਉਂਦਾ ਤੇ ਰਾਤ ਨੂੰ ਚਾਹੇ ਦੇ ਲਓ ਤੇ ਚਾਹੇ ਅਗਲੇ ਦਿਨ ਨਾਗੇ ਚ ਦੇ ਲਓ ਠੀਕ ਹੋ ਗਿਆ ਇਹ ਟਿਪ ਮਿਲ ਗਈ ਨਾ ਦੋਸਤਾਂ ਨੂੰ ਇਹ ਵਾਲੀ ਅੱਛੀ ਟਿਪ ਮਿਲ ਗਈ ਤੁਹਾਡੇ ਕੋਲੋਂ ਮਾਸ਼ਾਅੱਲਾ ਅਤੇ ਜੀ ਕੋਈ ਹੋਰ ਤੁਸੀਂ ਪੈਗਾਮ ਨਵੇਂ ਸ਼ੌਕੀਨਾਂ ਨੂੰ ਜਾਂ ਜਿੰਨੇ ਵੀ ਸਾਡੇ ਸ਼ੌਕੀਨ ਨੇ ਆਲ ਓਵਰ ਸਾਨੂੰ ਦੇਖਦੇ ਨੇ ਜਾਂ ਸੁਣਦੇ ਨੇ ਉਹਨਾਂ ਵਾਸਤੇ ਕੋਈ ਪੈਗਾਮ ਦੇਣਾ ਚਾਹੋ ਕੋਈ ਅੱਛਾ ਸ਼ੌਕ ਨੂੰ ਸ਼ੌਕ ਰੱਖੋ ਠੀਕ ਹੈ ਆਪਣੀ ਅਨਾ ਦਾ ਮਸਲਾ ਨਾ ਬਣਾਓ ਠੀਕ ਹੈ ਅਗਰ ਅਨਾ ਦਾ ਮਸਲਾ ਬਣਾਉਣਾ ਤਾਂ ਫਿਰ ਕਬੂਤਰ ਵਾਸੀ ਨਾ ਕਰੋ ਬਿਲਕੁਲ ਜਾ ਕੇ ਜੁਆ ਬਹੁਤ ਅੱਛੀ ਗੱਲ ਕੀਤੀ ਹੈ ਜੈਸਾ ਪਿਆਰ ਕਬੂਤਰ ਕਰਨ ਵਾਲਾ ਜਾਨਵਰ ਵੈਸੇ ਬਣ ਕੇ ਉਹਨਾਂ ਨਾਲ ਪਿਆਰ ਕਰੋ ਤੁਸੀਂ ਵੀ ਉਸ ਤਰ੍ਹਾਂ ਹੀ ਬਣ ਕੇ ਪਿਆਰ ਕਰੋ ਜੇ ਵੈਸੀ ਬਣਨਾ ਜੇ ਤਾਂ ਕੁੱਤੇ ਪਾਲ ਲਓ ਜਾਂ ਉਹਦੇ ਚੀਜ਼ ਪਾਲ ਬਿਲਕੁਲ ਬੜੀ ਅੱਛੀ ਗੱਲ ਕੀਤੀ ਤੁਸੀਂ ਮਾਸ਼ਾਅੱਲਾ ਅਤੇ ਲਓ ਜੀ ਦੋਸਤੋ ਬਹੁਤ ਮਜ਼ਾ ਆਇਆ ਅੱਜ ਲਤੀਫ ਸਾਹਿਬ ਨਾਲ ਗੁਫ਼ਤਗੂ ਕਰਨ ਦਾ ਅਤੇ ਹਸਬੇ